ਜਦੋਂ ਗੱਡੇ 'ਤੇ ਪਤਾ ਚੱਲਾ ਕਿ ਵਾਲਦਾ ਬਹੁਤ ਹੋ ਗਿਆ ਖੋਦ ਤੁਹਾਡੇ ਕੀ ਬੀਤੀ ਤੁਹਾਡੇ ਪਿਓ ਸੀ ਤੁਹਾਡੀ ਕੀ ਰੋਣਾ ਉਹਨਾਂ ਨੂੰ ਉੱਥੇ ਲਾਹੌਰ ਹੀ ਦਫ਼ਨ ਕੀਤਾ ਉੱਥੇ ਦੇਖੋ ਨਾਜ਼ਰੀਨ ਅੱਜ ਵੀ 74-72 ਸਾਲ ਬਾਅਦ ਵੀ ਇੱਕ ਦਰਦ ਉਹ ਨਜ਼ਰ ਆ ਰਿਹਾ ਅੱਖਾਂ 'ਚੋਂ ਵੀ ਆ ਰਿਹਾ ਜਜ਼ਬਾਤ 'ਚੋਂ ਵੀ ਆ ਰਿਹਾ ਭੁੱਲਣ ਵਾਲੀ ਸ਼ਾਇਦ ਨਹੀਂ ਉਹਦਾ ਦਰਵਾਜ਼ੇ ਖੁੱਲ੍ਹੇ ਛੱਡ ਕੇ ਡੰਗਰਾਂ ਦੇ ਰੱਸੇ ਖੋਲ੍ਹ ਦਿੱਤੇ ਓਹੋ ਘਰ ਛੱਡੇ ਕਿਵੇਂ ਸਬਰ ਆਉਂਦਾ ਸੀ ਬਸ ਅੱਲਾ ਨੇ ਸਬਰ ਦਿੱਤਾ ਹੈ ਕੋਈ ਨਹੀਂ ਸੀ ਰੋਂਦਾ ਉਸ ਵੇਲੇ ਵੀ ਜਿਹੜੇ ਮਰ ਗਿਆ ਠੀਕ ਆ ਚਲੋ ਹੁਣ ਬਾਕੀ ਇਸ ਦਿਨ ਅਸੀਂ ਅਟਾਂਗ ਚੱਲੇ ਹਾਂ ਨਾ ਉਦਣ ਕੋਈ ਇਸ ਤਰ੍ਹਾਂ ਮਰਿਆ ਪਿਆ ਕੋਈ ਲੰਮਾ ਪਿਆ ਮਰਿਆ ਕੋਈ ਹਾਲ ਨਹੀਂ ਸੀ ਬੇਸ਼ੁਮਾਰ ਦੁਨੀਆ ਮਰੀ ਸੀ ਉੱਦਾਂ ਹੀ ਮੇਸਰੇ ਨਾਲ ਢੋਲ ਆਈ ਹੈ ਸਰਾਣੇ ਨਾਲ ਢੋਲ ਆਈ ਹੈ ਬਸ ਮਰੇ ਪਏ ਇਹ ਲੋਕ ਤੁਸੀਂ ਮਰੇ ਦੇਖੇ ਆਪਣੀ ਅੱਖਾਂ ਅੱਖਾਂ ਨਾ ਦੇਖੇ ਗੁਜ਼ਾਰਾ ਕਰਦੇ ਸੀ ਅੱਠ ਦਿਨ 'ਚ ਲਗਾਤਾਰ ਬਾਰਿਸ਼ ਹੁੰਦੀ ਰਹੀ ਮੈਂ 8 ਦਿਨ ਰੋਟੀ ਨਹੀਂ ਖਾਧੀ ਅੱਠ ਦਿਨ ਇੱਕ ਇੱਕ ਦਿਨ ਦਾ ਰੋਜ਼ਾ ਰੱਖਿਆ ਹੋਵੇ ਬੰਦਾ ਇਹ ਕਿਵੇਂ ਸਬਰ ਆ ਜਾਂਦਾ ਸੀਗਾ ਅੱਲਾ ਸਬਰ ਦੇਣ ਉਸ ਵੇਲੇ ਇਹ ਤਕਲੀਫ ਮਹਿਸੂਸ ਹੁੰਦੀ ਕੋਈ ਨਹੀਂ ਸੀ ਈਦ ਪੜ੍ਹੀ ਹੈ ਰੋਜ਼ਿਆਂ ਵਾਲੀ ਈਦ ਪੜ੍ਹ ਕੇ ਆਏ ਹਾਂ ਅਤੇ ਰੋਟੀ ਛੋਟੀ ਖਾਧੀ ਸਾਰਿਆਂ ਨੇ ਤਿਆਰੀ ਕਰ ਲਈ ਔਰ ਸਿੱਖ ਸਾਨੂੰ ਕੈਂਪ ਛੱਡ ਕੇ ਗਏ ਵਾਹ ਇਹ ਯਾਦ ਹੈ ਕਿਹੜੇ ਸਿੱਖ ਛੱਡ ਕੇ ਗਏ ਸੀ ਲਾਗੇ ਪਡਾਲ ਸੀ ਅੱਛਾ ਪਡਾਲਾਂ ਦਾ ਪਿੰਡ ਸੁਰਖਪੁਰ ਸੰਗੋਜਲਾ ਅੱਛਾ ਜਾਤੀ ਕੇ ਇਹ ਸਿੱਖਾਂ ਦੇ ਪਿੰਡ ਸਨ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ ਯਕੀਨ ਮੁਕਮ ਅਮਲ ਪਹਿਮ ਮੁਹੱਬਤ ਫਾਤੇ ਆਲਮ ਮੁਹੱਬਤ ਔਰ ਪਿਆਰ ਤੋਂ ਬਗੈਰ ਕੋਈ ਚੀਜ਼ ਵੀ ਆਬਾਦ ਨਹੀਂ ਰਹਿ ਸਕਦੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਦੋਸਤੋ ਮੈਂ ਯਾਸਰ ਮਲਕ ਅਤੇ 47 ਦੀ ਵੰਡ ਦੀ ਪਾਕਿਸਤਾਨ ਬਣਨ ਦੀ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਹੋਏ ਹਾਂ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਵੱਡੀ ਕਰਾੜੀ ਤਹਿਸੀਲ ਔਰ ਜ਼ਿਲ੍ਹਾ ਲੈਲਪੁਰ ਫੈਸਲਾਬਾਦ ਦਾ ਵਸਿਆ ਪਿੰਡ ਆ ਸਾਡੇ ਨਾਲ ਅੱਜ ਮੌਜੂਦ ਨੇ ਸ਼ਾਹ ਸਾਹਿਬ ਇਹ ਬਜ਼ੁਰਗ ਸਾਨੂੰ ਅੱਜ ਪਾਰਟੀਸ਼ਨ ਪਾਕਿਸਤਾਨ ਬਣਨ ਦੀ ਕਹਾਣੀ ਸੁਣਾਉਣਗੇ ਆਓ ਫਿਰ ਇਹਨਾਂ ਕੋਲ ਵੰਡ ਦੀ ਪਾਕਿਸਤਾਨ ਬਣਨ ਦੀ ਕਹਾਣੀ ਸੁਣਦੇ ਹਾਂ ਤੁਹਾਡੇ ਰੂਬਰੂ ਪੇਸ਼ ਕਰਦੇ ਹਾਂ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਕੀ ਹਾਲ ਚਾਲ ਜੀ ਤੁਹਾਡਾ ਅੱਲਾ ਦਾ ਕਰਮ ਹੈ ਠੀਕ ਅੱਛਾ ਸਿਹਤ ਠੀਕ ਤੁਹਾਡੀ ਜੀ ਬਸ ਹਾਂ ਅੱਛੀ ਅੱਲਾ ਦਾ ਅੱਛਾ ਸ਼ਾਹ ਸਾਹਿਬ ਕੀ ਨਾਮ ਆਪਣਾ ਜੀ ਸੈਯਦ ਮੁਹੰਮਦ ਯੂਨਸ ਸੈਯਦ ਮੁਹੰਮਦ ਯੂਨਸ ਤੁਹਾਡੇ ਵਾਲਦ ਸਾਹਿਬ ਦਾ ਨਾਮ ਸੈਯਦ ਵਲੀ ਮੁਹੰਮਦ ਸ਼ਾਹ ਸੈਯਦ ਵਲੀ ਮੁਹੰਮਦ ਸ਼ਾਹ ਜਦੋਂ ਪਾਕਿਸਤਾਨ ਬਣਿਆ ਸੀ ਕਿਹੜੇ ਪਿੰਡੋਂ ਆਏ ਸੀ ਖਾਨਕਾ ਖੁਖਰੈਣ ਸੈਦਾਂ ਖਾਨਕਾ ਸੈਦਾਂ ਰਿਆਸਤ ਕਪੂਰਥਲਾ ਜ਼ਿਲ੍ਹਾ ਜਲੰਧਰ ਅਤੇ ਲਾਗੇ ਸ਼ਹਿਰ ਕਿਹੜਾ ਸੀ ਤੁਹਾਡੇ ਕਪੂਰਥਲਾ ਕਪੂਰਥਲਾ 3 ਮੀਲ ਫਾਸਲਾ ਸੀ ਅੱਛਾ ਜਿਹੜਾ ਖਾਨਕਾ ਸੈਦਾਂ ਪਿੰਡ ਸੀ ਇਹਦੇ ਨਾਲ ਨਾਲ ਪਿੰਡ ਕਿਹੜੇ ਸੀ ਲਾਗੇ ਉਹ ਜੀ ਖੋਖਰਾਂ ਦਾ ਪਿੰਡ ਸੀ ਰਾਜਪੂਤ ਖੋਖਰ ਰਾਜਪੂਤ ਖੋਖਰ ਹਾਂ ਨਾਲ ਜੱਟਾਂ ਦੇ ਪਿੰਡ ਸਨ ਕੋਕਲਪੁਰ ਸੀ ਨੂਰਪੁਰ ਸੀ ਸਹੀ ਬਵਾਨੀਪੁਰ ਸੀ ਅੱਛਾ ਉੱਥੇ ਮਿਡਲ ਸਕੂਲ ਸੀਗਾ ਅੱਛਾ ਖੋਖਰੈਣ ਜਿਹੜਾ ਸੀ ਖੋਖਰਾਂ ਦਾ ਪਿੰਡ ਉੱਥੇ ਪ੍ਰਾਇਮਰੀ ਸੀ ਸਾਡੇ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਵੀ ਕੋਈ ਨਹੀਂ ਸੀ ਅੱਛਾ 100 ਘਰ ਸੈਦਾਂ ਦਾ ਸੀ ਅੱਛਾ ਸਾਰੇ ਸੈਦਾਂ ਦੇ ਹੀ ਰਹਿੰਦੇ ਸੀ ਜ਼ਿਆਦਾ
ਤੇ ਦੂਸਰੇ ਹਿੱਸੇ ਦੇ ਵਿੱਚ ਸਾਡੇ ਵੜਕਿਆਂ ਦੇ ਨਾਲ ਜਿਹੜੇ ਬਜ਼ੁਰਗਾਂ ਨਾਲ ਆਏ ਸਨ ਨਾ ਉਹ ਫਕੀਰ ਪਹਿਲੇ ਦਰਜ ਸਨ ਅੱਛਾ ਲੇਕਿਨ ਉਹ ਰਾਜਪੂਤ ਭੱਟੀ ਸਨ ਅੱਛਾ ਅੱਛਾ ਇਹ ਸਨ ਪਾਕਿਸਤਾਨ ਯਾਨੀ ਬਣ ਤੋਂ ਪਹਿਲੇ ਉਹਨਾਂ ਅੰਦਰਾਜ ਜਿਹੜਾ ਸੀ ਕੌਮੀਅਤ ਦਾ ਸਹੀ ਖਰਾਬਤਾ ਸੀ ਅੱਛਾ ਇਹ ਜਿਹੜਾ ਤੁਹਾਡਾ ਪਿੰਡ ਸੀ ਕਿੰਜ ਦਾ ਪਿੰਡ ਸੀਗਾ ਉਹ ਦੱਸੋ ਅੱਜ ਸਾਨੂੰ ਸਾਰਾ ਪਿੰਡ ਕੱਚੀ ਮਿੱਟੀ ਦਾ ਹੀ ਬਣਿਆ ਸੀ ਅੱਛਾ ਕਿਉਂਕਿ ਬਜ਼ੁਰਗ ਪੱਕਾ ਮਕਾਨ ਨਹੀਂ ਸੀ ਬਣਦੇ ਨਹੀਂ ਕਿਸੇ ਦਾ ਵੀ ਅੱਛਾ ਕਿਉਂਕਿ ਸਾਡੇ ਵਿੱਚੋਂ ਇੱਕ ਇਮਦਾਦ ਅਲੀ ਸ਼ਾਹ ਥਾਣੇਦਾਰ ਹੋਇਆ ਅੱਛਾ ਉਹਨੇ ਜਨਾਬ ਪੱਕਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਅੱਛਾ ਉਹ ਸਾਰਾ ਦਿਨ ਉਹਨਾਂ ਮਿਸਤਰੀਆਂ ਲੱਗੇ ਰਹਿਣਾ ਬਸ ਜਦੋਂ ਰਾਤ ਗੁਜ਼ਰਨੀ ਆ ਸਵੇਰੇ ਇਕੱਲੀ ਇਕੱਲੀ ਅੱਠ ਖਿਲ ਰਹੀ ਹੁੰਦੀ ਸੀ ਕੱਚੇ ਮਕਾਨ ਉਹਨਾਂ ਨੂੰ ਤਰਜੀਹ ਦਿੱਤੀ ਕਿ ਜ਼ਿੰਦਗੀ ਆਰਦੀ ਹੈ ਆਰਦੀ ਮਕਾਮ ਫਨਾ ਦਾ ਮਕਾਮ ਬਿਲਕੁਲ ਦੁਨੀਆਦਾਰੀ ਕੁਛ ਨਹੀਂ ਅੱਛਾ ਤੇ ਉੱਥੇ ਜਿਹੜਾ ਆਪਣਾ ਦਰਬਾਰ ਤੁਸੀਂ ਦੱਸਿਆ ਮਜ਼ਾਰ ਸੀ ਉਹਦਾ ਉਰਸ ਦੇਖਿਆ ਤੁਸੀਂ ਮੇਲਾ ਬਿਲਕੁਲ ਜੀ 12 ਸਾਲ ਦੀ ਉਮਰ ਸੀ ਮੈਂ ਦੇਖਦਾ ਰਿਹਾ ਹਰ ਸਾਲ ਅੱਛਾ ਦੱਸੋ ਕਿ ਉਦੋਂ ਹਾੜ ਦੀ ਤੀਸਰੀ ਜੁਮੇਰਾਤ ਲੱਗਦਾ ਸੀ ਅੱਛਾ ਤੇ ਚੰਗਾ ਥੇ ਦੇ ਉੱਤੇ ਸਾਡਾ ਪਿੰਡ ਸੀਗਾ ਯਾਨੀ ਪੱਕੀ ਮਿੱਟੀ ਦਾ ਉਹ ਹੈ ਸੀ ਟਿੱਬਾ ਜਿਹਾ ਅੱਛਾ ਹਾਂ ਕੋਈ ਜ਼ਮੀਨ ਨਾਲੋਂ ਕੋਈ 15 ਫੁੱਟ ਉੱਚਾ ਉਸ ਦੇ ਨਾਲ ਹੀ ਥੱਲਿਓਂ ਜ਼ਮੀਨ 15 ਫੁੱਟ ਗਹਿਰੀ ਸੀ ਰਸਤਾ ਜਿਹੜਾ ਨਾਲ ਚੱਲਦਾ ਤਕੀਆ ਹੈਗਾ ਸੀ ਮਸ਼ਕ ਸਾਈਡ 'ਤੇ ਦਰਬਾਰ ਤੋਂ ਨਾਲ ਅਗਰ ਕਹਿੰਦੇ ਤਾਂ ਨਕਸ਼ਾ ਹੀ ਤੁਹਾਨੂੰ ਬਣਾ ਦਿੰਦੇ ਦੱਸੋ ਇਹੀ ਤਾਂ ਪੁੱਛਣਾ ਹੈ ਕਿਹੋ ਜਿਹਾ ਤਕੀਆ ਸੀ ਕਿਹੋ ਜਿਹਾ ਮਤਲਬ ਤਕੀਆ ਇਹ ਸੀਗਾ ਕਿ ਜਿਹੜੀ ਜਗ੍ਹਾ ਉੱਚੀ ਸੀ ਨਾ ਬਾਬੇ ਦੇ ਦਰਬਾਰ ਦੇ ਉੱਥੇ ਹੀ ਕਬਰਾਂ ਸੀ ਸਾਰਿਆਂ ਦੀਆਂ ਅੱਛਾ ਅੱਛਾ ਹਾਂ ਬਣਦੀਆਂ ਜਿਹੜੀਆਂ ਅੱਛਾ ਤੇ ਉਹ ਯਾਨੀ ਕੋਈ 10 ਫੁੱਟ ਨੀਵਾਂ ਤਕੀਆ ਸਵਾ ਅੱਛਾ ਬੋਰਡ ਦੇ ਦਰਖਤ ਬੜੇ ਵੱਡੇ ਵੱਡੇ ਸਨ ਠੀਕ ਠੀਕ ਯਾਨੀ 5-10 ਮੀਲਾਂ ਤੋਂ ਨਜ਼ਰ ਆਉਂਦੇ ਸਨ ਅੱਛਾ ਉਹਦੀ ਵਜੂਹਾਤ ਇਹ ਸੀ ਕਿ ਕੋਈ ਵੀ ਉਹ ਲੱਕੜੀ ਘਰ ਨਹੀਂ ਸੀ ਪੀਰ ਬਾਲ ਸਕਦਾ ਅੱਛਾ ਅੱਛਾ ਅਸੀਂ ਛੋਟੇ ਸੀਗੇ ਤੇ ਸਾਨੂੰ ਇਹ ਹੁੰਦਾ ਸੀ ਅਸੀਂ ਖੇਲਣਾ ਪੱਤੇ ਲਾ ਲਾ ਕੇ ਕਹਿਣਾ ਘਰ ਨਾ ਲਿਜਾਇਓ ਬਾਬਾ ਮੁਗਲੀਆਂ ਮਾਰੇਗਾ ਸਹੀ ਸਹੀ ਉੱਥੇ ਉਹ ਮਹਿਮਾਨਖਾਨਾ ਹੀ ਬਣਾਇਆ ਸੀਗਾ ਮੁਸਾਫਰਾਂ ਵਾਸਤੇ ਮੁਸਾਫਰਖਾਨਾ ਸਹੀ ਸਹੀ ਅੱਛਾ ਸ਼ਾਹ ਜੀ ਜਿਹੜੇ ਮਜ਼ਾਰ 'ਤੇ ਕੋਈ ਦੂਸਰੇ ਮਜ਼ਹਬ ਦੇ ਲੋਕ ਵੀ ਆਉਂਦੇ ਸੀ ਸਰਦਾਰ ਲੋਕ ਬੜਾ ਸਿੱਖ ਆਉਂਦੇ ਸਨ ਅੱਛਾ ਕਿਹੜੇ ਪਿੰਡਾਂ ਦੇ ਆਉਂਦੇ ਜ਼ਿਆਦਾਤਰ ਤੁਹਾਡੇ ਉਹ ਆਉਂਦੇ ਸੀ ਲਾਗੇ ਪਡਾਲ ਸੀ ਅੱਛਾ ਪਡਾਲਾਂ ਦਾ ਪਿੰਡ ਸੁਰਖਪੁਰ ਸੰਗੋਜਲਾ ਅੱਛਾ ਜਾਤੀ ਕੇ ਇਹ ਸਿੱਖਾਂ ਦੇ ਪਿੰਡ ਸਨ ਮਜਾਦਪੁਰ ਅੱਛਾ ਉੱਥੇ ਮੇਰੀ ਫੁੱਫੀ ਵਹਿ ਗਈ ਸੀ ਅੱਛਾ ਹਾਂ ਉਹ ਗੁਜਰਾਂ ਦਾ ਪਿੰਡ ਸੀਗਾ ਅੱਛਾ ਅੱਛਾ ਉਹ ਜਨੂਬੀ ਸਾਈਡ 'ਤੇ ਸੀ ਭਵਾਨੀਪੁਰ ਤੋਂ 4 ਮੀਲ ਲੱਗੇ ਸੀ ਠੀਕ ਠੀਕ ਭਵਾਨੀਪੁਰ ਜਿਹੜਾ ਸੀ ਉੱਥੋਂ ਸ਼ਮਾਲੀ ਸਾਈਡ 'ਤੇ ਸਾਡਾ ਪਿੰਡ ਸੀ 4 ਮੀਲ ਕਿੰਨੇ ਖੂਹ ਸੀ ਤੁਹਾਡੇ ਪਿੰਡ ਦੇ ਸਾਡੇ ਪਿੰਡ ਦੇ ਵਿੱਚ ਇੱਕ ਤਾਂ ਬਾਬੇ ਦੀ ਖੂਹ ਸੀ ਦਰਬਾਰ ਦੇ ਉੱਤੇ ਅੱਛਾ ਮਸਜਿਦ ਵੀ ਨਾਲ ਸੀ ਹਾਂਜੀ ਮਸਜਿਦ ਵੀ ਕੱਚੀ ਸੀ ਨਹੀਂ ਮਸਜਿਦ ਪੱਕੀ ਸੀ ਮਸਜਿਦ ਪੱਕੀ ਸੀ ਅੱਛਾ ਹਾਂ ਤੇ ਬਾਕੀ ਦੂਸਰਾ ਖੂਹ ਹੈਗਾ ਸੀ ਜਨੂਬੀ ਸਾਈਡ 'ਤੇ ਪਿੰਡ ਦੇ ਨਾਲ ਹੀ ਉਹ ਇਮਦਾਦ ਅਲੀ ਸ਼ਾਹ ਹੁੰਦਾ ਸੀ ਉਹਨਾਂ ਦੀ ਜ਼ਮੀਨ ਉੱਧਰ ਸੀ ਉੱਥੇ ਨਾਲ ਹੀ ਉਹਨਾਂ ਨੇ ਉੱਥੇ ਖੂਹ ਲਵਾਇਆ ਕਿਸੇ ਮਸ਼ਹੂਰੋ ਮਰੂਫ ਸਰਦਾਰ ਦਾ ਨਾਂ ਚੇਤਾ ਹੋਵੇ ਕੋਈ ਨਹੀਂ ਯਾਦ ਰਾਜੇ ਦਾ ਯਾਦ ਆ ਜਿਹੜਾ ਰਾਜਾ ਸੀ ਉਸ ਵੇਲੇ ਅੱਛਾ ਕਪੂਰਥਲੇ ਦਾ ਠੀਕ ਠੀਕ ਜਗਜੀਤ ਸਿੰਘ ਉਹਦਾ ਨਾਂ ਸੀ ਅੱਛਾ ਅੱਛਾ ਤੇ ਉਹਦੇ 2 ਲੜਕੇ ਸਨ ਉਹ ਵੀ ਪੀਰਾਂ ਦੀ ਦੁਆ ਨਾਲ ਪੈਦਾ ਹੋਏ ਸੀ ਉਹਨੇ ਬੇਸ਼ੁਮਾਰ ਸ਼ਾਦੀਆਂ ਕੀਤੀਆਂ ਸਨ ਔਲਾਦ ਨਹੀਂ ਸੀ ਹੁੰਦੀ ਠੀਕ 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 ਤੇ ਫਿਰ ਉਹਨੂੰ ਮੁਸਲਮਾਨਾਂ ਨੇ ਦੱਸਿਆ ਵੀ ਤੂੰ ਉੱਥੇ ਜਾ ਪੀਰਾਂ ਦੇ ਤੇ ਉਹ ਪੀਰਾਂ ਸਾਨੂੰ ਇਤਨਾ ਮੰਨਦਾ ਸੀ ਹੱਦ ਤੋਂ ਜ਼ਿਆਦਾ ਤੁਸੀਂ ਸਕੂਲ ਪੜ੍ਹਨ ਜਾਂਦੇ ਰਹੇ ਉਸ ਵੇਲੇ ਜੀ ਹਾਂ ਕਿੱਥੇ ਪੜ੍ਹਨ ਜਾਂਦੇ ਰਹੇ ਖੁਖਰੈਣ ਜਾਂਦੇ ਰਹੇ ਖੁਖਰੈਣ ਕਿੰਨੀ ਦੂਰ ਸੀ ਤੁਹਾਡੇ ਤੋਂ ਉਹ ਹੈਗਾ ਸੀ 1.5 ਮੀਲ ਗਰਬੀ ਸਾਈਡ ਤੇ ਅੱਛਾ ਉਹ ਸਕੂਲ ਦੀਆਂ ਕੋਈ ਯਾਦਾਂ ਸਾਨੂੰ ਸਾਂਝੀਆਂ ਕਰੋ ਕਿਹੜੇ ਮਾਸਟਰ ਪੜ੍ਹਾਉਂਦੇ ਸੀ ਉਸ ਵੇਲੇ ਮਾਸਟਰ ਉੱਥੇ ਅਹਿਮਦ ਹੁਸੈਨ ਸ਼ਾਹ ਸੈਯਦ ਉੱਥੇ ਦਾ ਹੀ ਸੀਗਾ
ਅੱਛਾ ਉਹ ਪੜਾਉਂਦਾ ਹੁੰਦਾ ਸੀ ਖੁਕਰਾਨ ਦਾ ਹੀ ਸੀ ਉਹ ਖੁਕਰਾਨ ਦਾ ਸੀ ਅੱਛਾ ਉਸ ਉਹਦਾ ਤਬਾਦਲਾ ਵੀ ਹੋਇਆ ਉਹ ਚਲਾ ਗਿਆ ਮਿਡਲ ਸਕੂਲ ਦੇ ਵਿੱਚ ਭਵਾਨੀਪੁਰ ਭਵਾਨੀਪੁਰ ਹਾਂ ਉਸ ਤੋਂ ਬਾਅਦ ਉਹ ਇੱਕ ਈਸ਼ਵਰ ਸਿੰਘ ਮਾਸਟਰ ਆਇਆ ਸੀ ਈਸ਼ਵਰ ਸਿੰਘ ਈਸ਼ਵਰ ਸਿੰਘ ਉਹਦਾ ਨਾਮ ਸੀ ਅੱਛਾ ਉਹ ਹੀ ਸਾਨੂੰ ਪੜਾਉਂਦਾ ਰਿਹਾ ਈਸ਼ਵਰ ਸਿੰਘ ਕਿੱਥੇ ਦਾ ਸੀਗਾ ਇਹ ਨਹੀਂ ਪਤਾ ਕਿੱਥੇ ਦਾ ਸੀ ਅੱਛਾ ਉਹ ਤੁਹਾਨੂੰ ਪੜਾਉਂਦਾ ਰਿਹਾ ਉਹ ਪੜਾਉਂਦਾ ਸੀ ਅੱਛਾ ਉਹ ਤੁਸੀਂ ਕਿੰਨਵੀਂ ਤੱਕ ਪੜ੍ਹਦੇ ਰਹੇ ਉੱਥੇ ਪੰਜਵੀਂ ਤੱਕ ਚੌਥੀ ਤੱਕ ਪੜ੍ਹੇ ਹਾਂ ਅੱਛਾ ਪੰਜਵੀਂ 'ਚ ਮੈਂ ਦਾਖਲ ਹੋਇਆ ਭਵਾਨੀਪੁਰ ਚਾਰ ਮੀਲ ਫਾਸਲਾ ਸੀ ਅਤੇ ਉੱਥੇ ਤਾਂ ਈਦ ਵਾਲੇ ਦਿਨ ਹੀ ਤਾਂ ਅਸੀਂ ਨਿਕਲੇ ਹਾਂ ਛੋਟੀ ਈਦ ਪੜ੍ਹ ਕੇ ਅੱਛਾ ਭਵਾਨੀਪੁਰ ਤੁਸੀਂ ਇਹ ਦਾਖਲ ਹੋਏ ਹਾਂ ਅਤੇ ਵੰਡ ਪੈ ਗਈ ਹਾਂ ਪੜ੍ਹ ਨਹੀਂ ਜਾਂਦੇ ਰਹੇ ਭਵਾਨੀਪੁਰ ਪੜ੍ਹ ਜਾਂਦੇ ਰਹੇ ਹਾਂ ਕਿ ਗਰਮੀਆਂ ਦੀਆਂ ਛੁੱਟੀਆਂ ਉੱਥੇ ਗੁਜ਼ਾਰੀਆਂ ਅੱਛਾ ਅੱਛਾ ਭਵਾਨੀਪੁਰ ਕਿੰਨੀ ਦੂਰ ਸੀ ਤੁਹਾਡੇ ਤੋਂ ਚਾਰ ਮੀਲ ਅੱਛਾ ਚਾਰ ਮੀਲ ਸੀ ਉੱਥੇ ਪੈਦਲ ਹੀ ਜਾਂਦੇ ਸੀ ਪੈਦਲ ਹੀ ਠੀਕ ਠੀਕ ਇਹ ਭਵਾਨੀਪੁਰ ਬਹੁਤ ਵੱਡਾ ਕਸਬਾ ਸੀ ਕੋਈ ਹਾਂ ਵੱਡਾ ਕਿੰਨਵੀਂ ਤੱਕ ਸਕੂਲ ਸੀ ਉਹ ਅੱਠਵੀਂ ਤੱਕ ਮਿਡਲ ਸਕੂਲ ਮਿਡਲ ਸਕੂਲ ਇਹ ਭਵਾਨੀਪੁਰ ਪਿੰਡ ਕਿਹੜੇ ਪਾਸੇ ਸਕੂਲ ਸੀਗਾ ਪਿੰਡ ਦੇ ਸ਼ਮਾਲੀ ਪਾਸੇ ਸ਼ਮਾਲੀ ਪਾਸੇ ਅੱਛਾ ਜਦੋਂ ਤੁਸੀਂ ਪੜ੍ਹਨ ਜਾਂਦੇ ਸੀ ਉੱਥੇ ਕੋਈ ਟੀਚਰਾਂ ਦੇ ਨਾਂ ਯਾਦ ਹੋਣ ਭਵਾਨੀਪੁਰ ਦੇ ਕੋਈ ਜਿਹੜਾ ਹੈਡ ਮਾਸਟਰ ਸੀਗਾ ਉਹਦਾ ਨਾਂ ਸੀ ਮਦਰ ਹੁਸੈਨ ਸ਼ਾਹ ਅੱਛਾ ਅਤੇ ਇੱਕ ਮਾਸਟਰ ਸੀ ਈਸਾ ਅੱਛਾ ਉਹ ਬੜਾ ਸਾਦਾ ਜਿਹਾ ਆਦਮੀ ਸੀ ਅੱਛਾ ਠੀਕ ਬਹੁਤ ਨੇਕ ਆਦਮੀ ਸੀ ਸਹੀ ਅਤੇ ਇੱਕ ਹਿੰਦੂ ਸੀ ਗਰਦਾਰੀ ਲਾਲ ਗਰਦਾਰੀ ਲਾਲ ਉਹ ਅੰਗਰੇਜ਼ੀ ਪੜ੍ਹਾਉਂਦਾ ਸੀ ਉਹ ਤੁਹਾਨੂੰ ਅੰਗਰੇਜ਼ੀ ਪੜ੍ਹਾਉਂਦਾ ਠੀਕ ਠੀਕ ਇੱਕ ਉਹ ਮਾਸਟਰ ਜਮਾਲਦੀਨ ਹੁੰਦਾ ਸੀ ਮਾਸਟਰ ਜਮਾਲਦੀਨ ਠੀਕ ਠੀਕ ਅੱਛਾ ਤੁਹਾਨੂੰ ਜਿਹੜੇ ਕੋਈ ਸਟੂਡੈਂਟ ਜਿਹੜੇ ਬੱਚੇ ਸੀ ਉਸ ਵੇਲੇ ਸਾਡੇ ਨਾਲ ਇੱਕ ਸਿੱਖਾਂ ਦਾ ਲੜਕਾ ਸੀ ਧਰਮ ਸਿੰਘ ਉਹਦਾ ਨਾਮ ਸੀ ਅੱਛਾ ਹਾਂ ਉਹ ਚੰਗਾ ਕਾਦਾਵਰ ਅੱਛਾ ਅੱਛਾ ਕਲਾਸ ਪਹਿਲੋਂ ਸੀ ਕਿਉਂਕਿ ਦਾਖਲ ਹੋਏ ਹਾਂ ਛੁੱਟੀਆਂ ਇਮਤਿਹਾਨ ਜਦੋਂ ਰਿਜ਼ਲਟ ਨਿਕਲਿਆ ਚੌਥੀ ਦਾ ਪੰਜਵੀਂ 'ਚ ਆਉਣ ਕੇ ਦਾਖਲ ਹੋਏ ਹਾਂ ਬਸ ਛੁੱਟੀਆਂ ਤੋਂ ਪਹਿਲੇ ਪਹਿਲੇ ਹੀ ਆਉਂਦੇ ਰਹੇ ਹਾਂ ਛੁੱਟੀਆਂ ਹੋ ਗਈਆਂ ਤਾਂ ਮੁੜ ਕੇ ਧਰਮ ਸਿੰਘ ਦਾ ਪਿੰਡ ਕਿਹੜਾ ਸੀ ਇਹ ਕੋਈ ਪਤਾ ਨਹੀਂ ਅੱਛਾ ਉਹ ਤੁਹਾਨੂੰ ਪੜ੍ਹਦਾ ਰਿਹਾ ਧਰਮ ਸਿੰਘ ਉਦੋਂ ਛੁੱਟੀਆਂ ਹੋ ਗਈਆਂ ਸਨ ਫਿਰ ਉਸ ਤੋਂ ਬਾਅਦ ਪਾਰਟੀਸ਼ਨ ਹੋ ਗਈ ਅੱਛਾ ਖੁਖਰੈਨ ਜੀ ਤੁਸੀਂ ਪੜ੍ਹਦੇ ਸੀ ਤਲੀਮੀ ਨਿਸਾਬ ਕੀ ਸੀ ਉਸ ਵੇਲੇ ਉਦੋਂ ਕੀ ਪੜ੍ਹਾਇਆ ਜਾਂਦਾ ਸੀ ਕਿਤਾਬਾਂ ਉਸ ਵੇਲੇ ਪਹਿਲੀ ਜਮਾਤ ਨੂੰ ਇੱਕ ਕਾਇਦਾ ਹੁੰਦਾ ਸੀ ਅਤੇ ਇੱਕ ਤਖਤੀ ਹੁੰਦੀ ਸੀ ਅੱਛਾ ਦੂਸਰੀ ਜਮਾਤ ਨੂੰ ਵੀ ਇੱਕ ਉਰਦੂ ਦੀ ਕਿਤਾਬ ਹੁੰਦੀ ਸੀ ਇੱਕ ਰਿਆਜ਼ੀ ਹੁੰਦੀ ਸੀ ਅੱਛਾ ਤੀਸਰੀ ਜਮਾਤ ਨੂੰ ਵੀ ਇਸੇ ਤਰ੍ਹਾਂ ਹੀ ਚੌਥੀ ਜਮਾਤ ਨੂੰ ਵੀ ਇਹੀ ਅੱਛਾ ਰਿਆਜ਼ੀ ਅਤੇ ਉਰਦੂ ਦੀ ਕਿਤਾਬ ਠੀਕ ਠੀਕ ਮੈਂ ਇਹ ਬਹੁਤਾ ਲੰਬਾ ਚੌੜਾ ਨਿਸਾਬ ਨਹੀਂ ਸੀ ਹੁਣ ਜਦੋਂ ਅਸੀਂ ਉੱਥੇ ਚੌਥੀ 'ਚ ਪੜ੍ਹਦੇ ਰਹੇ ਹਾਂ ਅਤੇ ਪੰਜ ਬੱਚੇ ਸੀ ਚੌਥੀ 'ਚ ਸਿਰਫ ਸਹੀ ਸਹੀ ਮੈਂ ਉਹਦਾ ਤਲੀਮੀ ਰੁਝਾਨ ਲੋਕਾਂ ਦਾ ਘੱਟ ਬਹੁਤ ਮੁਸਲਮਾਨਾਂ ਨੂੰ ਪੜ੍ਹਨ ਵੀ ਨਹੀਂ ਸੀ ਦਿੰਦੇ ਨਾ ਠੀਕ ਠੀਕ ਅੱਛਾ ਤੁਸੀਂ ਪਾਕਿਸਤਾਨ ਆ ਕੇ ਫਿਰ ਪੜ੍ਹੇ ਹੋਰ ਵੀ ਅੱਗੇ ਤਲੀਮ ਮੈਂ ਫਿਰ ਪੜ੍ਹਿਆ ਮੇਰੇ ਵਾਲਦ ਸਾਹਿਬ ਅਤੇ ਮੈਂ ਚਾਰ ਸਾਲ ਦਾ ਸੀ ਜਦੋਂ ਫੌਤ ਹੋ ਗਏ ਸਨ ਅੱਛਾ 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 ਵਾਲਦਾ ਸਾਹਿਬਾ ਇੱਕ ਦਿਨ ਜ਼ਿੰਦਾ ਰਹੀ ਹੈ ਪਾਕਿਸਤਾਨ 'ਚ ਆ ਕੇ ਲਾਹੌਰ ਕੈਂਪ 'ਚ ਲਾਹੌਰ ਅਸੀਂ ਕੈਂਪ 'ਚੋਂ ਚੱਲੇ ਆ ਰਹੇ ਸੀ ਇੰਜਨ ਥੇਡ ਸੀ ਉੱਥੇ ਸਾਡੇ ਰਿਸ਼ਤੇਦਾਰ ਸੀ ਗੁਲਾਮ ਨਬੀ ਸ਼ਾਹ ਗੜੀ ਸ਼ੋਅ ਜਿਹੜੀ ਗੜੀ ਸ਼ਾਹ ਅੱਛਾ ਅੱਛਾ ਅਸੀਂ ਉਹਨਾਂ ਦੇ ਘਰ ਆਉਣਾ ਸੀ ਬਸ ਉਹ ਗੱਡੇ ਦੇ ਉੱਤੇ ਕਿਰਾਏ 'ਤੇ ਕਿਰਾਇਆ ਸੀਗਾ ਅਤੇ ਉਹਦੇ ਉੱਤੇ ਹੀ ਉਹਨਾਂ ਦੀ ਡੈਥ ਹੋ ਗਈ ਅੱਛਾ ਅੱਛਾ ਮਤਲਬ ਤੁਸੀਂ ਇੱਕ ਯਤੀਮੀ 'ਚ ਮਾਂ ਬਾਪ ਤੋਂ ਬਗੈਰ ਜ਼ਿੰਦਗੀ ਗੁਜ਼ਾਰੀ ਹੈ ਤੁਸੀਂ ਵਾਈ ਬੀ ਜੀ ਕਰਦੇ ਸੀ ਖੂਹਾਂ ਦੀ ਵਾਈ ਸੀ ਕਿ ਪਾਣੀ ਕਿਹੜੀ ਸੀ ਖੂਹਾਂ ਦੀ ਵਾਈ ਸੀ ਖੂਹਾਂ ਦੀ ਵਾਈ ਹਾਂ ਤੁਹਾਡਾ ਖੂਹ ਕਿਹੜੇ ਨਾਂ ਤੋਂ ਵੱਜਦਾ ਸੀਗਾ ਕੋਈ ਯਾਦ ਇੱਕ ਤਾਂ ਸੀ ਰੋਈ ਵਾਲਾ ਖੂਹ ਅੱਛਾ ਰੋਈ ਵਾਲਾ ਖੂਹ ਹਾਂ ਅਤੇ ਇੱਕ ਉਹ ਪਿੰਡ ਵਾਲਾ ਲਾਹੌਰੀਆਂ ਵਾਲਾ ਖੂਹ ਸੀਗਾ ਅੱਛਾ ਸਾਡੇ ਪਿੰਡ ਜਦੋਂ ਕਪੂਰਥਲੇ ਆਉਂਦੇ ਸੀ ਨਾ ਕਪੂਰਥਲੇ ਨੂੰ 3 ਮੀਲ ਸੀ ਅਤੇ ਰਸਤੇ ਦੇ ਉੱਤੇ ਹੀ ਪਿੰਡ ਦੇ ਨਾਲ ਪਹਿਲੇ ਆਉਂਦੇ ਹੀ ਖੂਹੀ ਸੀਗੀ ਉਹਨੂੰ ਸ਼ਾਹਣੀ ਖੂਹੀ ਕਹਿੰਦੇ ਸੀ ਸ਼ਾਹਣੀ ਖੂਹੀ ਹਾਂ ਸ਼ਾਹਾਂ ਦੀ ਖੂਹੀ ਯਾਨੀ ਸ਼ਾਹਣੀ ਉਹਦੇ ਨਾਲ ਬੋਰਡ ਦਾ ਦਰਖਤ ਸੀ ਬਹੁਤ ਵੱਡਾ ਕਪੂਰਥਲੇ ਦੇ ਨਾਲ ਹੀ ਪਿੰਡ ਸੀ ਤੁਹਾਡਾ ਬਿਲਕੁਲ ਵੱਡਾ ਫਾਸਲਾ ਨਹੀਂ ਸੀ ਹਾਂ ਉੱਥੇ ਚੌਂਕੀਆਂ ਦਾ ਮੇਲਾ ਦੇਖਣ ਜਾਂਦੇ ਰਹੇ ਚੌਂਕੀਆਂ ਦਾ ਉਹ ਮੇਲਾ ਕਿਵੇਂ ਦਾ ਲੱਗਦਾ ਸੀ ਸਾਨੂੰ ਦੱਸੋ ਥੋੜ੍ਹਾ ਜਿਹਾ ਚੌਂਕੀਆਂ ਮੇਲਾ ਤਾਂ ਉਹ ਇੱਦਾਂ ਹੀ ਸੀ ਵੀ ਮਠਿਆਈ ਦੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਅਤੇ ਕੋਈ ਹੋਰ ਅਤੇ ਰਾਜਾ ਜਿਹੜਾ ਹੁੰਦਾ ਸੀ ਨਾ ਆਖਰੀ ਦਿਨ ਉਹ ਹਾਥੀਆਂ 'ਤੇ ਆਉਂਦਾ ਹੁੰਦਾ ਸੀ ਅੱਛਾ ਹਾਥੀ ਉੱਥੇ ਬੜੇ ਰੱਖੇ ਹੋਏ ਸੀ ਇੰਨਾ ਨਾਂ ਦੱਸਿਓ ਕੀ ਸੀ ਰਾਜੇ ਦਾ ਉਦੋਂ ਜਗਜੀਤ ਸਿੰਘ ਜਗਜੀਤ ਸਿੰਘ ਉਹ ਤੁਹਾਡੇ ਇਲਾਕੇ ਦਾ ਰਾਜਾ ਸੀ ਰਾਜਾ ਸੀ ਉਹ ਰਿਆਸਤ ਦਾ ਰਾਜਾ ਸੀ ਜਿਹੜੀ ਰਿਆਸਤ ਦਾ ਕਪੂਰਥਲੇ ਦਾ ਠੀਕ ਅੱਛਾ ਉਹਨੇ ਹਾਥੀਆਂ 'ਤੇ ਆਉਣਾ ਮੇਲੇ 'ਤੇ
ਉਹ ਤੁਸੀਂ ਵੇਖਿਆ ਉਹਨੂੰ ਆਉਂਦੇ ਨੂੰ ਵੇਖਿਆ ਉਹਦੇ ਬੱਚਿਆਂ ਨੂੰ ਵੀ ਦੇਖਿਆ ਉਹ ਤੇ ਮਰਿਆ ਪਾਕਿਸਤਾਨ ਬਣਨ ਤੋਂ ਬਾਅਦ ਹੀ ਠੀਕ ਉਹ ਤੇ ਕਹਿ ਗਿਆ ਸਭ ਇਹ ਕੋਈ ਮੁਸਲਮਾਨ ਨਾ ਜਾਵੇ ਇਹ ਤੇ ਨਹੀਂ ਸੀ ਫੈਸਲਾ ਹੋਇਆ ਵੀ ਇਧਰੋਂ ਮੁਸਲਮਾਨ ਹੋ ਤੇ ਉਹ ਤੇ ਮਾਰ ਕੁੱਟ ਕੇ ਉਹਨਾਂ ਨੇ ਕੱਢਣੇ ਸ਼ੁਰੂ ਕੀਤੇ ਨੇ ਹਿੰਦੂਆਂ ਨੇ ਸਿੱਖਾਂ ਨੂੰ ਸਭ ਕੁ ਪੜ੍ਹਾਤਾ ਵੀ ਮੁਸਲਮਾਨ ਕੱਢੋ ਇੱਥੋਂ ਹਾਂਜੀ ਅਜੇ ਵੀ ਹੈਗੇ ਮੁਸਲਮਾਨ ਸਹੀ ਸਹੀ ਉਧਰ ਸਹੀ ਸਹੀ ਅੱਛਾ ਫਿਰ ਉਹ ਅਸੀਂ ਰੌਲਿਆਂ ਦੀ ਵਜ੍ਹਾ ਨਾਲ ਲੋਕ ਨਿਕਲਣਾ ਸ਼ੁਰੂ ਹੋਏ ਅੱਛਾ ਜਿਹੜੀ ਪਾਰਟੀਸ਼ਨ ਹੋਈ ਪਾਕਿਸਤਾਨ ਬਣਿਆ ਉਹ ਤੁਹਾਨੂੰ ਕੀ ਉਹਦੀ ਕਹਾਣੀ ਯਾਦ ਆ ਉਹ ਕੀ ਹੋਇਆ ਸੀ ਤੁਹਾਡੇ ਵੱਡਿਆਂ ਤੱਕ ਕਿਵੇਂ ਖਬਰ ਆਈ ਕਿ ਜਿਸ ਵੇਲੇ ਪਾਕਿਸਤਾਨ ਬਣ ਗਿਆ ਪਹਿਲੇ ਤਾਂ ਰਾਜੇ ਨੇ ਆਖਿਆ ਵੀ ਤੁਸਾਂ ਨਹੀਂ ਜਾਣਾ ਅੱਛਾ ਮੇਰੀ ਰਿਆਸਤ ਦਾ ਕੋਈ ਮੁਸਲਮਾਨ ਨਾ ਜਾਵੇ ਕਿਉਂਕਿ ਪੀਰਾਂ ਬਹੁਤ ਮੰਨਦਾ ਸੀ ਠੀਕ ਠੀਕ ਤੇ ਉਹਨੇ ਉਹ ਚਲਾ ਗਿਆ ਸ਼ਿਮਲੇ ਗਰਮੀਆਂ ਦੇ ਦਿਨ ਸਨ ਅੱਛਾ ਤੇ ਉਹਦੇ ਪੁੱਤ ਸੀ ਇੱਕ ਕੌਰ ਸਿੰਘ ਤੇ ਇੱਕ ਟਿੱਕਾ ਸਿੰਘ ਅੱਛਾ ਉਹ ਸਿੱਖਾਂ ਨੇ ਉਹਨਾਂ ਨੂੰ ਮਗਰ ਲਾ ਕੇ ਤੇ ਮੁਸਲਮਾਨਾਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਅੱਛਾ ਫਿਰ ਇਹ ਸੁਹਾਸ ਨਿਕਲੇ ਸੀ ਅੱਛਾ ਪਹਿਲਾ ਕਤਲੇਆਮ ਕਿੱਥੇ ਸ਼ੁਰੂ ਹੋਇਆ ਤੁਹਾਡੇ ਲਾਗੇ ਪਿੰਡਾਂ 'ਚ ਕੋਈ ਯਾਦ ਹੋਵੇ ਕਿੱਥੇ ਮਾਰ ਵੱਢ ਸ਼ੁਰੂ ਹੋਈ ਮਾਰ ਵੱਢ ਸਾਡੇ ਤੋਂ ਦੂਰ ਦੂਰ ਹੀ ਹੋਈ ਸਾਡੇ ਪਿੰਡ ਤਾਂ ਨਹੀਂ ਆਈ ਅੱਛਾ ਅੱਛਾ ਹਾਂ ਮੈਂ ਤੁਹਾਡੇ ਲੋਕ ਸਰਦਾਰ ਵੀ ਹਜ਼ਾਰ ਕਰਦੇ ਸੀ ਕਿ ਸੱਯਦ ਰਹਿੰਦੇ ਨੇ ਹਾਂ ਔਰ ਮੰਤਾ ਵੀ ਮੰਨਦੇ ਸਨ ਦਰਬਾਰ ਤੇ ਆਉਂਦੇ ਸਨ ਅੱਛਾ ਤੁਸੀਂ ਸ਼ਾਇਦ ਦੱਸਿਆ ਕਿ ਮੇਰਾ ਹੁਸ਼ਿਆਰਪੁਰ 'ਚ ਪਿੰਡ ਸੀ ਸਾਡਾ ਅਲੀਪੁਰ ਸਜਦਾਂ ਅਲੀਪੁਰ ਸਜਦਾਂ ਹਾਂ ਇਹ ਤੁਹਾਡਾ ਬਾਈ ਪਿੰਡ ਸੀ ਅਬਾਈ ਪਿੰਡ ਤੇ ਅਸੀਂ ਆਏ ਬਾਰਾਂ ਸਵੇਰੇ ਉੱਥੇ ਤੇ ਉਦੋਂ ਤਾਂ ਅਬਾਈ ਪਿੰਡ ਤੇ ਨਾਨਕੇ ਮੇਰੇ ਉੱਥੇ ਸੀ ਗਿਆਰਾਂ ਘਰਾਂ ਦਾ ਉਹ ਪਿੰਡ ਸੀਗਾ ਸਹੀਦਾਂ ਦਾ ਹੀ ਪੂਰਾ ਉੱਥੇ ਸਿਰਫ ਇੱਕ ਚਮਾਰ ਰਹਿੰਦਾ ਸੀ ਹੋਰ ਕੋਈ ਵੀ ਨਹੀਂ ਸੀ ਅਲੀਪੁਰ ਸਹੀਦਾਂ ਦੇ ਵਿੱਚ ਹਾਂ ਤੇ ਸਾਡੇ ਆਪਣੇ ਪਿੰਡ ਦੇ ਵਿੱਚ ਵੀ ਕੋਈ ਕਮੀ ਨਹੀਂ ਸੀਗਾ ਨਾ ਨਾਈ ਸੀ ਨਾ ਮੋਚੀ ਸੀ ਨਾ ਤੇਲੀ ਸੀ ਨਾ ਲੁਹਾਰ ਸੀ ਨਾ ਤਰਖਾਣ ਸੀ ਸਭ ਬਾਹਰੋਂ ਹੀ ਆਣ ਕੇ ਕੰਮ ਕਰਦੇ ਸੀ ਸਹੀ ਅਲੀਪੁਰ ਸਹੀਦਾਂ ਦੇ ਅਲੱਗ ਅਲੱਗ ਪਿੰਡ ਕਿਹੜੇ ਸੀ ਲਾਗੇ ਇਹ ਹੈਗਾ ਸੀ ਇੱਕ ਖਾਨਪੁਰ ਅੱਛਾ ਉੱਥੇ ਮੇਰੀ ਇੱਕ ਮਾਸੀ ਰਹਿੰਦੀ ਸੀ ਅੱਛਾ ਅੱਛਾ ਉੱਥੇ ਉਹਦੀ ਸ਼ਾਦੀ ਹੋਈ ਸੀ ਹੋਰ ਇਹਦੇ ਨਾਲ ਨਾਲ ਪਿੰਡ ਕਿਹੜੇ ਸੀ ਉਮਰਪੁਰ ਉਮਰਪੁਰ ਅੱਗੇ ਚੰਗੀ ਦਾ ਮੇਲਾ ਲੱਗਦਾ ਹੁੰਦਾ ਸੀ ਗਰਬੀ ਸਾਈਡ ਤੇ ਅਲੀਪੁਰ ਤੋਂ ਸੀ ਅੱਛਾ ਹਾਂ ਉਹ ਵੀ ਮੇਲਾ ਦੇਖਿਆ ਇੱਕ ਵਾਰੀ ਚੰਗੀ ਦਾ ਮੇਲਾ ਚੰਗੀ ਦਾ ਮੇਲਾ ਅੱਛਾ ਮਜ਼ਾਰ ਸੀ ਉਹਨਾਂ ਦਾ ਉੱਥੇ ਹਾਂ ਤੇ ਉਹ ਗੌਸਪੁਰ ਸਟੇਸ਼ਨ ਲੱਗਦਾ ਸੀ ਅਲੀਪੁਰ ਨੂੰ ਅੱਛਾ ਅੱਛਾ ਜਲੰਧਰੋਂ ਰੇਲਵੇ ਲਾਈਨ ਆਉਂਦੀ ਸੀ ਦਸੂਵੇ ਨੂੰ ਅੱਛਾ ਦਸੂਵੇ ਤੋਂ ਅੱਗੇ ਮਕੇਰੀਆਂ ਆਖਰੀ ਸਟੇਸ਼ਨ ਸੀ ਪਹਾੜੀ ਇਲਾਕੇ 'ਚ ਅੱਛਾ ਅੱਛਾ ਉੱਥੇ ਰੇਲ ਖਤਮ ਹੋ ਜਾਂਦੀ ਸੀ ਠੀਕ ਹੋ ਗਏ ਆ ਸਹੀ ਸਹੀ ਅੱਛਾ ਇਹ ਦਸੂਏ ਦੀ ਤਹਿਸੀਲ ਸੀ ਉਹਦੇ 'ਚ ਪਿੰਡ ਸੀ ਅਲੀਪੁਰ ਸਜਦਾਂ ਆ ਸਹੀ ਅਤੇ ਦਸੂਏ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਸਾਡੇ ਰਿਸ਼ਤੇਦਾਰ ਹੈਗੇ ਸੀ ਅੱਛਾ ਅੱਛਾ ਆ ਇਹ ਦਸੂਆ ਉਦੋਂ ਚੰਗਾ ਅੱਛਾ ਵਧੀਆ ਸ਼ਹਿਰ ਸੀਗਾ ਉਦੋਂ ਬਹੁਤ ਪੱਕਾ ਸ਼ਹਿਰ ਸੀ ਬਹੁਤ ਬਿਹਤਰੀਨ ਸ਼ਹਿਰ ਸੀ ਅਤੇ ਨਾਲ ਉਹਦੇ ਚੋ ਚੱਲਦਾ ਸੀ ਇੱਕ ਬਹੁਤ ਵੱਡਾ ਗਹਿਰਾ ਅੱਛਾ ਪਹਾੜੀ ਇਲਾਕੇ 'ਚੋਂ ਜਿੱਦਾਂ ਚੋ ਚੱਲਦੇ ਹੁੰਦੇ ਨਾ ਹਾਂਜੀ ਹਾਂਜੀ ਬਹੁਤ ਗਹਿਰਾ ਸੀ ਅੱਛਾ ਅੱਛਾ ਉਹ 'ਚ ਪਾਣੀ ਚੱਲਦਾ ਹੁੰਦਾ ਸੀ ਪਹਾੜਾਂ 'ਚੋਂ ਹੀ ਆਉਣਾ ਠੀਕ 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 ਅੱਛਾ ਤੁਸੀਂ ਦੱਸਿਆ ਉੱਥੇ ਇੱਕ ਚਮਾਰ ਰਹਿੰਦਾ ਸੀ ਉਹ ਅਲੀਪੁਰ ਸਹੀਦ ਉਹਦਾ ਕੀ ਨਾਂ ਸੀ ਯਾਦ ਹੈ ਕਿ ਉਹਦਾ ਨਹੀਂ ਅੱਛਾ ਨਾਂ ਨਹੀਂ ਯਾਦ ਉਹਦਾ ਠੀਕ ਅਲੀਪੁਰ ਸਹੀਦਾਂ ਦੇ ਬਾਰੇ ਦੱਸੋ ਉੱਥੇ ਰਿਹਾਇਸ਼ ਕਿੱਥੇ ਸੀ ਤੁਹਾਡਾ ਘਰ ਕਿੱਥੇ ਸੀ ਉੱਥੇ ਉੱਥੇ ਸਾਡੇ ਵੱਡਿਆਂ ਦੇ ਜਿੱਥੇ ਹਾਂ ਉਹ ਚੜ੍ਹਦੇ ਪਾਸੇ ਸੀ ਪਿੰਡ ਦੇ ਚੜ੍ਹਦੇ ਪਾਸੇ ਨਾਲ ਹੀ ਮਸਜਿਦ ਸੀਗੀ ਅੱਛਾ ਨਾਲ ਹੀ ਤਕੀਆ ਸੀ ਅੱਛਾ ਨਾਲ ਹੀ ਸਾਡੀ ਜ਼ਮੀਨ ਸੀ ਅੱਛਾ ਉੱਥੇ ਅੰਬ ਦੇ ਦਰਖਤ ਬਹੁਤ ਹੁੰਦੇ ਸੀ ਅੱਛਾ ਅਤੇ ਗਰਮੀਆਂ ਦੀਆਂ ਛੁੱਟੀਆਂ ਸਾਰੀਆਂ ਅਸੀਂ ਉੱਥੇ ਗੁਜ਼ਾਰਨ ਜਾਂਦੇ ਹੁੰਦੇ ਸੀ ਅੰਬ ਚੁੱਪਣ ਵਾਸਤੇ ਸਹੀ ਸਹੀ ਅੰਬਾਂ ਦੇ ਬੜੇ ਬਾਗ ਸੀਗੇ ਖੁਦ ਰਹੋ ਹੀ ਔਰ ਬਿਹਤਰੀਨ ਅੰਬ ਸੀ ਉਹ ਬਿਹਤਰੀਨ ਨਸਲ ਦੇ ਸਹੀ ਸਹੀ ਸਾਡਾ ਵੱਡਿਆਂ ਦਾ ਵੀ ਉਹੀ ਇਲਾਕਾ ਤੁਹਾਡਾ ਜਿਹੜਾ ਆਪ ਦੱਸਦੇ ਆ ਠੀਕ ਦਾਦੇ ਸਾਡੇ ਦੱਸ ਰਹੇ ਉੱਥੇ ਅੰਬਾਂ ਦੇ ਬੂਟੇ ਹੁੰਦੇ ਸੀ ਕਿਹੜਾ ਪਿੰਡ ਦੱਸਿਆ ਚਟਾਲਾ ਚਟਾਲੇ ਦੇ ਨਾਲ ਸੀ ਸਰਾਈ ਧੁਰੀਆਂ ਸਰਾਈ ਧੁਰੀਆਂ ਚਟਾਲੇ ਦੇ ਲੋਕ ਇੱਥੇ ਬੈਠੇ ਚੌੜ ਚਾਕੇ 'ਚ ਅੱਛਾ ਅੱਛਾ ਅਤੇ ਜਿਹੜਾ ਚਟਾਲਾ ਉਹ ਵੀ ਮਕੇਰੀਆਂ ਦੇ ਨਾਲ ਆਪਣੇ ਦਸੂਏ ਦੇ ਨਾਲ ਸੀਗਾ ਅੱਛਾ ਚਟਾਲਾ ਵੀ ਦਸੂਏ ਦੇ ਨਾਲ ਹੀ ਸੀ ਹਾਂ ਠੀਕ ਠੀਕ ਚਟਾਲੇ ਦੇ ਨਾਲ ਹੀ ਸੀਗਾ ਧੁਰੀਆਂ ਸਰਾਈ ਉਹ ਜਿਹੜਾ ਚੋ ਵਗਦਾ ਸੀ ਨਾ ਹਾਂਜੀ ਉੱਤੋਂ ਉਹ ਸ਼ਮਾਲੀ ਸਾਈਡ 'ਤੇ ਚੱਲਦਾ ਸੀ ਦਸੂਏ ਦੇ ਅੱਛਾ ਅੱਛਾ ਉਹਦੇ ਉੱਤੇ ਹੀ ਸਾਡੇ ਰਿਸ਼ਤੇਦਾਰਾਂ ਦਾ ਘਰ ਸੀਗਾ ਅੱਛਾ ਉੱਥੋਂ ਬਹੁਤ ਹੀ ਗਹਿਰਾ ਯਾਨੀ 15-20 ਫੁੱਟ ਗਹਿਰਾ ਸੀ ਉਹ ਅੱਛਾ ਪਾਕਿਸਤਾਨ ਬਣਿਆ ਹਾਂ ਤੁਸੀਂ ਪਾਰਟੀਸ਼ਨ ਹੋਈ ਤੁਸੀਂ ਕੀ ਵੇਖਿਆ ਤੁਹਾਡੇ ਵੱਡਿਆਂ ਨੇ ਕੀ ਤੁਹਾਨੂੰ ਕਿਹਾ ਕਿ ਜਾਣਾ ਉਹ ਕੀ ਮਾਮਲਾ ਹੋਇਆ ਉਹ ਜਿਸ ਵੇਲੇ ਰਾਜਾ ਆ ਗਿਆ ਵੀ ਕੋਈ ਆਦਮੀ ਨਾ ਜਾਵੇ ਇੱਥੇ ਮੁਸਲਮਾਨ ਅੱਛਾ ਕਿਉਂਕਿ ਸਾਨੂੰ ਤਾਂ ਮੰਨਦੇ ਜੀ ਸੀਗੇ ਸਿੱਖ ਸਹੀ ਸਹੀ ਅਕਸਰੀਅਤ ਵੀ ਉੱਥੇ ਸਿੱਖਾਂ ਦੀ ਹਿੰਦੂ ਬਹੁਤ ਥੋੜ੍ਹੇ ਸਨ ਰਿਆਸਤ ਵਿੱਚ ਸਹੀ
सिखा ने फिर हिंदुआ ने सिखा नू वरगलाया ना अच्छा। मुसलमान नू कढो हिंदुस्तान साडा है अच्छा। हिंदुआ दा ठीक ठीक जो दो बचे उन्होंने रल गए नाल महाराजे दे तुसी दस्या फिर उन्होंने कतलेआम शुरू किया फिर तुसी पिंड किवें छड्या वो कित्थे गए घरों किवें निकले मैं दसना कि साडा पिंड जिहड़ा सी ना रमजान शरीफ दा महीना सी अच्छा ते साडे बाबे दा मजार जिहड़ा सी ना ओ भी जदों बाबा कहेगा ते असीं उदों जाणा साडे बजुर्ग कहिंदे सन बाबा कहेगा ते जाणा फिर रोज़ियां दे विच साडे बाबे नूं ओ एक हाँ ਉਹਨੂੰ ਸੰਘੀ ਵਾਲਾ ਖੂਹ ਕਹਿੰਦੇ ਸੀ ਇੱਕ ਨੂੰ ਅੱਛਾ ਉੱਥੇ ਬਾਬਾ ਤੁਰਿਆ ਜਾਂਦਾ ਅਤੇ ਕਹਿੰਦਾ ਆ ਜਾਓ ਹੁਣ ਪਾਕਿਸਤਾਨ ਚਲੀਏ ਅੱਛਾ ਹਾਂ ਰਮਜ਼ਾਨ ਸ਼ਰੀਫ ਦਾ ਮਹੀਨਾ ਸੀ ਈਦਾਂ ਪੜ੍ਹੀਆਂ ਨੇ ਈਦ ਪੜ੍ਹ ਕੇ ਜੋ ਪਕਾਇਆ ਖਾਧਾ ਪੀਤਾ ਉਹਦਾ ਦਰਵਾਜ਼ੇ ਖੁੱਲ੍ਹੇ ਛੱਡ ਕੇ ਡੰਗਰਾਂ ਦੇ ਰੱਸੇ ਖੋਲ ਦਿੱਤੇ ਫਿਰ ਘਰ ਛੱਡੇ ਉੱਥੋਂ ਫਿਰ ਅਸੀਂ ਚੱਲੇ ਹਾਂ ਲਾਗੇ ਕੈਂਪ ਲੱਗਾਇਆ ਸਗਾ तीन चार मील थे अच्छा उत्थे पहुंचे हैं 15 16 दिन उत्थे रहे हैं अच्छा नाल कैंप लगा इस ताड़े से हम ताड़े जेन च नहीं है अच्छा मैनू शाह साहब ये दसो जो ताड़ा एक पीर वाला सिलसिला सी गद्दी वाला सिलसिला एक अपने मजार घर बार का छड़ने वो जो छड़ने पे वो किन्ना के दर्द सी उसले किन्नी एक भरे घर छड़ना बाप दादा की सरजमीन छड़ना ਤੁਸੀਂ ਉਹ ਕੀ ਮਹਿਸੂਸ ਕਰਦੇ ਹੋ ਉਸ ਲਮਹੇ ਨੂੰ ਅਸੀਂ ਉਸ ਚੀਜ਼ ਨੂੰ ਮਹਿਸੂਸ ਹੀ ਨਹੀਂ ਕੀਤਾ ਸਾਡੇ ਨਬੀ ਪਾਕ ਨੇ ਹਿਜਰਤ ਕੀਤੀ ਸੀ ਵਾਹ ਕਿਸੇ ਨੇ ਬੁਰਾ ਮਹਿਸੂਸ ਨਹੀਂ ਕੀਤਾ ਖੁਸ਼ੀ ਨਾਲ ਨਿਕਲੇ ਵਾਹ ਮਸਲਾ ਇੱਕ ਤੁਸੀਂ ਕਿਹਾ ਕਲਮੇ ਦੇ ਨਾਂ 'ਤੇ ਇੱਕ ਮੁਲਕ ਬਣਨ ਲੱਗਾ ਵਾ ਅਤੇ ਖੁਸ਼ੀ ਨਾਲ ਆਪਣੇ ਘਰ ਛੱਡੇ ਜੀ ਆ ਅੱਛਾ ਭਰੇ ਘਰ ਛੱਡਦੇ ਬਿਲਕੁਲ ਖੁੱਲ੍ਹੇ ਦਰਵਾਜ਼ੇ ਡੰਗਰਾਂ ਦੇ ਰੱਸੇ ਖੋਲ੍ਹ ਦਿੱਤੇ ਸਿਰਫ ਘੋੜੀ ਜਿਹਦੇ ਕੋਲ ਸੀ ਉਹ ਰੱਖੀ ਇਹ ਨਹੀਂ ਸੀ ਅਸੀਂ ਉੱਥੋਂ ਸਾਨੂੰ ਅਫਸੋਸ ਸੀ ਅਫਸੋਸ ਕੋਈ ਨਹੀਂ ਸੀ ना किसी बुढ़ी नू ना किसी बच्चे नू ना किसी बड़के नू बाबे ने जी कहता भी मैं चलिया बुजुर्गों ने देखिया ना ते रात भी आ जाओ एक रियासत बन गई है कलमे दे नाम ते उत्थे जाना ते ईद पढ़ी है रोजे वाली ईद पढ़ के आए हैं ते रोटी शोटी खाधी सारिया ने तैयारी कर ली और सिख सानू कैंप छड़ के गए वाह ये याद है किहड़े सिख छड़ के गए सी ਇਹ ਨਹੀਂ ਯਾਦ ਇਹ ਨਹੀਂ ਯਾਦ ਬੜਕਿਆਂ ਨੂੰ ਪਤਾ ਹੋਏਗਾ ਅੱਛਾ ਬਜ਼ੁਰਗ ਇੱਕ ਗੱਲ ਆ ਹੌਸਲੇ ਪਿਆਰ ਮੁਹੱਬਤ ਵਾਲੇ ਵੀ ਸਰਦਾਰ ਹੈ ਸੀ ਜੇ ਕੋਈ ਮਾਰ ਵੱਢ ਵਾਲੇ ਸੀਗੇ ਬਿਲਕੁਲ ਉਹ ਤਾਂ ਸਿੱਖਾਂ ਨੇ ਹਿੰਦੂਆਂ ਦੇ ਮਗਰ ਲੱਗ ਕੇ ਇਹ ਕੰਮ ਕੀਤਾ ਨਾ ਅੱਛਾ ਜਿਹੜੇ ਛੱਡ ਕੇ ਗਏ ਤੁਹਾਨੂੰ ਕਿੱਥੋਂ ਲਿਆ ਤੁਹਾਨੂੰ ਪਿੰਡੋਂ ਲਿਆ ਉਹਨਾਂ ਨਾਲ ਹਾਂਜੀ ਪਿੰਡੋਂ ਕੈਂਪ ਦੇ ਵਿੱਚ ਉਹ ਛੱਡ ਕੇ ਗਏ ਚਾਰ ਇੱਧਰ ਸਨ ਘੋੜੀਆਂ ਦੇ ਉਹ ਚਾਰ ਇੱਧਰ ਤੁਹਾਡੇ ਸੀ ਚਾਰ ਇੱਧਰ ਸੀ ਉਹ ਤਲਵਾਰਾਂ ਲੈ ਕੇ ਤੁਹਾਡੇ ਕਾਫਲੇ ਦੀ ਨਿਗਰਾਨੀ ਨਾਲ ਨਾਲ ਤੁਰੇ ਗਏ ਤੁਹਾਨੂੰ ਅੱਛਾ ਕੈਂਪ ਤੱਕ ਛੱਡ ਕੇ ਆਏ ਤੁਹਾਨੂੰ ਕੈਂਪ ਅੱਛਾ ਇੰਨਾ ਯਾਦ ਹੈ ਕਿਹੜੇ ਪਿੰਡਾਂ ਦੇ ਸਰਦਾਰ ਸੀ ਨਾਂ ਨਹੀਂ ਯਾਦ ਨਾਂ ਨਹੀਂ ਯਾਦ ਪਿੰਡ ਇਹ ਪਤਾ ਕਿਹੜੇ ਪਿੰਡ ਦੇ ਆ ਨਾਂ ਨਹੀਂ ਇਹ ਵੀ ਨਹੀਂ ਪਤਾ ਸੀ ਨਾ ਇਹ ਤੁਹਾਡੇ ਵੱਡਿਆਂ ਨੂੰ ਪਤਾ ਹੋਣਾ ਵੱਡਿਆਂ ਨੂੰ ਪਤਾ ਹੋਊਗਾ ਸਾਨੂੰ ਕੀ ਪਤਾ ਕਿ ਸਰਦਾਰ ਉਹ ਤੇ ਪਿੰਡ ਦੱਸੇ ਸੁਰਖਪੁਰ ਸੋਜਲਾ ਜਾਤੀ ਕੇ ਬੜਾਲ ਇਹ ਸਿੱਖਾਂ ਦੇ ਪਿੰਡ ਸਨ ਅੱਛਾ ਇਹਨਾਂ ਪਿੰਡਾਂ ਦੇ ਸੀਗੇ ਸਰਦਾਰ ਜਿਹੜੇ ਤੁਹਾਨੂੰ ਕੈਂਪ ਤੱਕ ਛੱਡਣ ਆਏ ਅੱਛਾ ਤੁਸੀਂ ਕੈਂਪ 'ਚ ਆ ਗਏ ਬਹੁਤ ਵੱਡਾ ਮੌਜ਼ਾ ਸੀਗਾ ਅੱਛਾ ਉੱਥੇ ਵੀ ਰਹੇ ਹਾਂ ਅਤੇ ਉੱਥੋਂ ਫਿਰ ਅੱਛਾ 15-20 ਦਿਨ ਫਿਰ ਜਲੰਧਰੋਂ ਇੱਕ ਕਾਫਲਾ ਆਇਆ ਉਹਦੇ ਨਾਲ ਰਲ ਕੇ ਫਿਰ ਅਸੀਂ ਗਏ ਹਾਂ ਅੱਗੇ ਟਾਂਗਰਾ ਉਹ ਟਾਂਗਰਾ ਟੇਸ਼ਨ ਧੰਮਾ ਬੂਟਾ ਸੀ ਪਹਿਲਾਂ ਅੱਛਾ ਅੱਛਾ ਪਹਿਲਾਂ ਜਿਹੜਾ ਕੈਂਪ ਸੀ ਉਹ ਧੰਮਾ ਬੂਟਾ 'ਚ ਲਗਾਇਆ ਸੀ ਧੰਮਾ ਬੂਟਾ ਉਹਨੂੰ ਕਹਿੰਦੇ ਸੀ ਧੰਮਾ ਬੂਟਾ ਕਿੰਨੀ ਦੇਰ ਰਹੇ 15 ਦਿਨ ਜੇ 15 ਦਿਨ ਤੁਹਾਡਾ ਉੱਥੇ ਕੈਂਪ ਲੱਗਾ ਰਿਹਾ ਔਰਤਾਂ ਬੱਚੇ ਸਭ ਅੱਛਾ ਬਜ਼ੁਰਗ ਇੱਕ ਚੀਜ਼ ਆ ਕਿ ਤੁਸੀਂ ਇੱਕ ਸ਼ਾਹ ਸਾਹਿਬ ਸੀਗੇ ਇੱਕ ਤੁਹਾਡੀਆਂ ਔਰਤਾਂ ਵੀ ਪਰਦਾ ਕਰਦੀਆਂ ਦੇਖੋ ਉਸ ਵੇਲੇ ਔਰਤਾਂ ਵੀ ਬੱਚੇ ਵੀ ਜਿਨ੍ਹਾਂ ਨੇ ਕਦੀ ਘਰੋਂ ਨਹੀਂ ਬੈਰ ਪੈਰ ਬਾਹਰ ਕੱਢਿਆ
ਉਸ ਇਸ ਰਿਆਸਤ ਦੀ ਖਾਤਰ ਇਸ ਮੁਲਕ ਦੀ ਖਾਤਰ ਉਹ ਵੀ ਘਰੋਂ ਬਾਹਰ ਨਿਕਲਣਾ ਪਿਆ ਅਤੇ ਕੈਂਪਾਂ 'ਚ ਉਹਨਾਂ ਨੂੰ ਆਉਣਾ ਪਿਆ ਅਤੇ ਇਹ ਦੇਖੋ ਇੱਕ ਬੜਾ ਵੱਡਾ ਇੱਕ ਕੰਮ ਤੁਹਾਡਾ ਬਜ਼ੁਰਗਾਂ ਦਾ ਇਸ ਰਿਆਸਤ ਵਾਸਤੇ ਅੱਜ ਦੀ ਨਸਲ ਨੂੰ ਨਹੀਂ ਪਤਾ ਗਾਫਲ ਕਿ ਹਿਜਰਤ ਕਰਨੀ ਮੁਲਕ ਦੀ ਤਮੀਰ ਕਰਨੀ ਕਿੱਡੀ ਔਖੀ ਸੀ ਲੇਕਿਨ ਅਸੀਂ ਭੁੱਲ ਚੁੱਕੇ ਹਾਂ 15 ਦਿਨ ਤੁਸੀਂ ਰਹੇ ਆ ਖੁੱਲ੍ਹੇ ਮੈਦਾਨ 'ਚ ਬੈਠੇ ਨੇ ਉੱਥੇ ਨਹੀਂ ਹਾਂਜੀ ਉਹ ਜਿਹੜਾ ਪਿੰਡ ਸੀ ਨਾ ਤਮਾਂ ਬੂਟਾਂ ਅੱਛਾ ਉਹ ਖਾਲੀ ਹੋ ਗਿਆ ਸੀ ਪਹਿਲੇ ਚਲਾ ਗਿਆ ਸੀ ਅੱਛਾ ਉੱਥੇ ਮਕਾਨ ਜਿਹੜੇ ਖਾਲੀ ਸੀ ਉਹਨਾਂ 'ਚ ਵੜ ਗਿਆ ਜਿੱਥੇ ਜਿਹੜਾ ਵਿਹਲਾ ਨਜ਼ਰ ਆਉਂਦਾ ਸੀ ਅੱਛਾ ਕੋਈ ਥੋੜ੍ਹੇ ਜਿਹੇ ਆਦਮੀ ਉੱਥੇ ਅਜੇ ਹੈਗੇ ਸਨ ਅੱਛਾ ਕੋਈ ਪਹਿਲੇ ਚਲੇ ਗਏ ਸਨ ਤਮਾਂ ਬੂਟਾ ਪਹੁੰਚੇ ਤੁਸੀਂ ਤੇ ਕੋਈ ਮਿਲਟਰੀ ਹੈ ਸੀ ਨਿਗਰਾਨੀ ਵਾਸਤੇ ਤੁਹਾਡੀ ਨਾ ਆਪ ਹੀ ਆਪਣੀ ਹਿਫਾਜ਼ਤ ਕਰ ਰਹੇ ਅੱਛਾ ਉਹ ਫਿਰ ਜਲੰਧਰੋਂ ਕਾਫਲਾ ਜਿਹੜਾ ਆਇਆ ਉਹਦੇ ਨਾਲ ਮਿਲਟਰੀ ਸੀ ਉਹਦੇ ਨਾਲ ਸੀ ਸੂਬੇਦਾਰ ਇਕਬਾਲ ਅੱਛਾ ਉਹਦਾ ਨਾਮ ਯਾਦ ਹੈ ਸੂਬੇਦਾਰ ਇਕਬਾਲ ਆਹ ਉਹ ਆਰਮੀ ਦਾ ਬੰਦਾ ਸੀ ਆਰਮੀ ਬਲੋਚ ਰੈਜੀਮੈਂਟ ਦਾ ਹੁਣ ਉਹ ਆਏ ਹਾਂ ਤਾਂ ਫਿਰ ਬਿਆਸ ਦੇ ਉੱਤੇ ਆਣ ਕੇ ਰਹੇ ਹਾਂ ਦਰਿਆ ਬਿਆਸ ਤੇ ਦਰਿਆ ਬਿਆਸ ਦੇ ਕਿਨਾਰੇ ਤੇ ਸਾਡਾ ਕੈਂਪ ਲੱਗ ਗਿਆ ਗਰਬੀ ਸਾਈਡ ਤੇ ਦਰਿਆ ਬਿਆਸ ਸਾਡੇ ਤੋਂ 5 ਮੀਲ ਦੂਰ ਸੀ ਪਿੰਡ ਤੋਂ ਸਹੀ 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 ਅਸੀਂ ਸ਼ਰਕੀ ਸਾਈਡ ਤੇ ਸੀ ਉਹ ਗਰਬੀ ਸਾਈਡ ਤੇ ਬਿਲਕੁਲ ਕਿਨਾਰੇ ਦੇ ਉੱਤੇ ਹੀ ਅਸੀਂ ਕੈਂਪ ਲੱਗਾ ਰਿਹਾ ਪੱਧਰੀ ਜਗ੍ਹਾ ਤੇ ਜਿਹੜਾ ਗਡਾਣੇ ਹੜ੍ਹ ਆਇਆ ਸੀ ਤੁਹਾਡੇ ਜਾਣ ਤੋਂ ਬਾਅਦ ਆਇਆ ਕਿ ਪਹਿਲੇ ਉਹ ਬਾਅਦ ਵਿੱਚ ਆਇਆ ਬੜੀ ਸਾਡੇ ਤੋਂ ਪਿੱਛੇ ਜਿਹੜਾ ਸੀ ਉਹ ਰੁੜੀ ਸੀ ਦੁਨੀਆ ਰੁੜੀ ਅੱਛਾ ਤੁਸੀਂ ਦਰਿਆ ਬਿਆਸ ਤੇ ਵੀ ਬੈਠੇ ਰਹੇ ਕਿਨਾਰ ਸਾਹਿਬ ਬੈਠੇ ਉੱਥੇ ਦਰਿਆ ਬਿਆਸ ਤੇ ਵੀ ਕੋਈ 10-15 ਦਿਨ ਬੈਠੇ ਸਹੀ ਫਿਰ ਅਸੀਂ ਆ ਗਏ ਅਟਾਂਗਰੇ ਅਟਾਂਗਰਾ ਉੱਥੇ ਜਿਸ ਦਿਨ ਪਹੁੰਚੇ ਹਾਂ ਬਸ 7 ਦਿਨ ਲਗਾਤਾਰ ਬਾਰਿਸ਼ ਹੁੰਦੀ ਰਹੀ ਉੱਥੇ ਹੈਜ਼ਾ ਫੈਲ ਗਿਆ ਬੜੀ ਦੁਨੀਆ ਮਰੀ ਅਤੇ ਖਾਣ ਨੂੰ ਲੱਭ ਵੀ ਕੋਈ ਸ਼ੈ ਨਹੀਂ ਸੀ ਉਹ ਸਿੱਖਾਂ ਦੇ ਕੋਈ ਉਹ ਬੁੱਕ ਰੁਪਈਏ ਯਾਨੀ ਰੁਪਈਏ ਦਾ ਇੱਕ ਬੁੱਕ ਦੇਣਾ ਆਟੇ ਦਾ ਉਹਨਾਂ ਉਹ ਖਾਣਾ ਉਹ ਖਾਣਾ ਅੱਛਾ ਜਿਹੜਾ ਬਾਰਿਸ਼ ਜਦੋਂ ਹੁੰਦੀ ਸੀ ਬਾਰਿਸ਼ ਲਗਾਤਾਰ ਰਹੀ ਹੈ ਬੱਚੇ ਸੀ ਔਰਤਾਂ ਸੀ ਇਹ ਕਿਵੇਂ ਮੁਕਾਬਲਾ ਕਰ ਲੈਂਦੇ ਸੀ ਕਾਬੂ ਉੱਤੇ ਮੁਕਾਬਲਾ ਕੀ ਕਰਨਾ ਹਾਂ ਹਾਂਜੀ ਮੈਂ ਜੋ ਕੁਝ ਤੰਬੂ ਜਿੱਦਾਂ ਬਣਾ ਕੇ ਕੋਈ ਛੱਪੜੀਆਂ ਬਣਾ ਕੇ ਗੁਜ਼ਾਰਾ ਕਰਦੇ ਸੀ 8 ਦਿਨ 'ਚ ਲਗਾਤਾਰ ਬਾਰਿਸ਼ ਹੁੰਦੀ ਰਹੀ ਮੈਂ 8 ਦਿਨ ਰੋਟੀ ਨਹੀਂ ਖਾਧੀ 8 ਦਿਨ ਅਤੇ ਇੱਕ ਦਿਨ ਦਾ ਰੋਜ਼ਾ ਰੱਖਿਆ ਹੋਵੇ ਬੰਦਾ ਇਹ ਕਿਵੇਂ ਸਬਰ ਆ ਜਾਂਦਾ ਸੀਗਾ ਅੱਲਾ ਸਬਰ ਦੇਣ ਉਸ ਵੇਲੇ ਇਹ ਤਕਲੀਫ ਮਹਿਸੂਸ ਹੁੰਦੀ ਕੋਈ ਨਹੀਂ ਸੀ ਮੈਂ ਇੰਨਾ ਜਜ਼ਬਾ ਸੀ ਤੁਹਾਡੇ ਅੰਦਰ 7 ਦਿਨ ਤੋਂ ਬਾਅਦ ਫਿਰ ਕਾਫਲਾ ਚੱਲਿਆ ਮਾਨਾ ਵਾਲਾ ਇੱਕ ਆਇਆ ਉੱਥੇ ਰਹੇ ਹਾਂ ਰਾਤ ਦੂਸਰੇ ਦਿਨ ਇੱਕ ਫਿਰ ਕਾਫਲਾ ਆਇਆ ਜਲੰਧਰੋਂ ਉਹਦੇ ਨਾਲ ਮਿਲਟਰੀ ਸੀ ਬਲੋਚ ਰੈਜੀਮੈਂਟ ਵਾਲੀ ਉਹਦੇ ਨਾਲ ਫਿਰ ਉਹ ਸਾਡੇ ਸਾਰੇ ਬਿਮਾਰ ਸਨ ਪੈਦੇ ਨਾਲ ਉਹ ਬਲੋਚ ਆ ਗਿਆ ਮਾਰਚ ਕਰੋ ਮਾਰਚ ਕਰੋ ਅਸੀਂ ਕਿਹਾ ਵੀ ਅਸੀਂ ਤਾਂ ਸਾਡਾ ਤਾਇਆ ਕਹਿਣ ਲੱਗਾ ਵੀ ਇਹ ਤਾਂ ਬਿਮਾਰ ਆ ਆਖਿਰ ਜੋ ਬਿਮਾਰ ਇਹਨਾਂ ਕੋਈ ਛੋੜ ਦਿਉ ਉਹ ਤਾਂ ਵੈਸੇ ਛੋੜ ਦਿਉ ਤੁਸੀਂ ਹਾਂ ਉਹ ਕਹਿਣ ਲੱਗਾ ਸਾਡਾ ਤਾਇਆ ਕਹਿਣ ਲੱਗਾ ਵੀ ਅਸੀਂ ਕਿਉਂ ਛੋੜ ਦਈਏ ਅਸੀਂ ਨਾਲ ਹੀ ਮਰਾਂਗੇ ਅਸੀਂ ਜਾ ਸਕਦੇ ਅੱਛਾ ਚਲੋ ਕਨਵਾਈ ਆਏਗੀ ਉਸ ਤੋਂ ਫਿਰ ਅਸੀਂ ਬੱਸਾਂ 'ਚ ਬੈਠੇ ਹਾਂ ਉੱਥੋਂ ਅੱਛਾ ਉੱਥੋਂ ਮਾਨਾਲੇ ਤੋਂ ਬੈਠੇ ਹਾਂ ਇਹ ਮਾਨਾਲਾ ਜਲੰਧਰ 'ਚ ਸੀ ਸ਼ਾਇਦ ਹਾਂਜੀ ਮਾਨਾਲਾ ਹਾਂ ਇਹ ਜਲੰਧਰ ਸੀ ਕਿ ਆਪਣਾ ਉਹਦੇ 'ਚ ਸੀਗਾ ਅੰਮ੍ਰਿਤਸਰ 'ਚ ਅੰਮ੍ਰਿਤਸਰ ਦੇ ਵਿੱਚ ਅੱਛਾ ਅੰਮ੍ਰਿਤਸਰੋਂ ਮਾਨਾਲੇ ਤੁਸੀਂ ਬੱਸਾਂ 'ਚ ਬੈਠੇ ਹਾਂ ਹਾਂ ਪਿੱਛੇ ਤੁਹਾਡਾ ਕਾਫਲਾ ਪੈਦਲ ਹੀ ਆਇਆ ਹਾਂ ਉਹ ਗੱਡਿਆਂ ਵਾਲੇ ਵੀ ਸਨ ਅੱਛਾ ਜਿੰਮੇਦਾਰਾਂ ਦੇ ਗੱਡੇ ਸਨ ਸ਼ਾਹ ਸਾਹਿਬ ਕੋਈ ਇਹ ਦੱਸੋ ਕਿ ਜਦੋਂ ਤੁਸੀਂ ਕੈਂਪ 'ਚ ਰਹੇ ਹਾਂ ਕੋਈ ਕੈਂਪ 'ਚ ਬਿਮਾਰੀ ਦੀ ਵਜ੍ਹਾ ਨਾਲ ਕੋਈ ਲੋਕ ਫੌਤ ਵੀ ਹੁੰਦੇ ਸੀ ਮਾਰੇ ਵੀ ਜਾਂਦੇ ਸੀ ਜਿਸ ਦਿਨ ਅਸੀਂ ਅਟਾਂਗਰੇ ਚੱਲੇ ਹਾਂ ਨਾ ਉਦਣ ਕੋਈ ਇਸ ਤਰ੍ਹਾਂ ਮਰਿਆ ਪਿਆ ਕੋਈ ਲੰਮਾ ਪਿਆ ਮਰਿਆ ਕੋਈ ਯਾਦ ਨਹੀਂ ਸੀ ਬੇਸ਼ੁਮਾਰ ਦੁਨੀਆ ਮਰੀ ਸੀ ਉੱਦਾਂ ਹੀ ਬੇਸਰੇ ਨਾਲ ਢੋਲ ਆਈ ਹੈ ਸਰਾਣੇ ਨਾਲ ਢੋਲ ਆਈ ਹੈ ਬਸ ਮਰੇ ਪਏ ਇਹ ਲੋਕ ਤੁਸੀਂ ਮਰੇ ਦੇਖੇ ਆਪਣੀ ਅੱਖਾਂ ਨਾਲ ਦੇਖੇ ਇਹ ਜਿਹੜਾ ਦਰਦਨਾਕ ਮੰਦਰ ਅੱਜ ਵੀ ਤੁਹਾਡੀਆਂ ਅੱਖਾਂ ਅੱਗੇ ਆ ਰਿਹਾ ਉਹੀ ਜੋ ਉਹ ਭੁੱਲਣ ਵਾਲੀ ਸ਼ਾਇਦ ਹੀ ਨਹੀਂ ਤਾਂ ਦਫੀਨ ਨਹੀਂ ਸੀ ਕਰਦੇ ਉੱਦਾਂ ਹੀ
ਉੱਥੇ ਕੋਈ ਸ਼ੈ ਹੁੰਦੀ ਤੇ ਕਰਦੇ, ਕਾਹਦੇ ਨਾਲ ਕਰਦੇ। ਅੱਛਾ, ਇੱਕ ਬੜਾ ਹੀ ਦਰਦਨਾਕ ਮੰਜ਼ਰ ਜਿਹੜਾ 47 ਦਾ, ਜਦੋਂ ਅੱਜ ਵੀ ਦੇਖੋ 72 ਸਾਲ ਗੁਜ਼ਰ ਗਏ ਆ, ਤੁਹਾਡੀਆਂ ਅੱਖਾਂ 'ਚੋਂ ਹੰਝੂ ਆ ਰਹੇ ਆ, ਤੁਹਾਡਾ ਇੱਕ ਜਜ਼ਬਾ ਸਾਨੂੰ ਨਜ਼ਰ ਆ ਰਿਹਾ ਕਿ ਪਾਰਟੀਸ਼ਨ ਇੱਕ ਬਹੁਤ ਹੀ ਦਰਦਨਾਕ ਮੰਜ਼ਰ ਸੀਗਾ। ਅੱਛਾ, ਲਾਸ਼ਾਂ ਤੁਸੀਂ ਵੇਖੀਆਂ, ਮਰੇ ਵੇਖੇ, ਅਤੇ ਜਿਹੜੇ ਬੱਚੇ ਸੀ, ਔਰਤਾਂ ਸੀ, ਉਹਨਾਂ ਨੂੰ ਕਿਵੇਂ ਸਬਰ ਆਉਂਦਾ ਸੀ? ਬਸ ਅੱਲਾ ਨੇ ਸਬਰ ਦਿੱਤਾ ਹੈ, ਕੋਈ ਨਹੀਂ ਸੀ ਰੋਂਦਾ ਉਸ ਵੇਲੇ। ਮੈਂ ਜਿਹੜੇ ਮਰ ਗਿਆ ਠੀਕ ਆ, ਚਲੋ ਹੁਣ ਬਾਕੀ ਤੁਰੋ ਪਾਕਿਸਤਾਨ ਦੀ ਤਰਫ ਚਲੋ। ਜਦੋਂ ਜਿਸ ਦਿਨ ਅਸੀਂ ਲਾਹੌਰ ਪਹੁੰਚਣਾ ਸੀ, ਅਸੀਂ ਫਿਰ ਬੱਸਾਂ 'ਚ ਬੈਠੇ ਨਾ, ਕਨਵਾਈ ਆਈ ਹੈ, ਸਿੱਖ ਡਰਾਈਵਰ ਸੀ ਉਹਦਾ। ਅੱਛਾ, ਅਤੇ ਇਕਬਾਲ ਸੂਬੇਦਾਰ ਉਸ ਬਲੂਚ ਰੈਜੀਮੈਂਟ ਦਾ ਇੰਚਾਰਜ ਸੀ, ਅਤੇ ਉਹ ਪਹਿਲੇ ਤਾਂ ਆਉਣ ਕਹਿੰਦਾ ਮਾਰਚ ਕਰੋ, ਮਾਰਚ ਕਰੋ। ਸਾਡਾ ਤਾਇਆ ਕਹਿੰਦਾ ਵੀ ਅਸੀਂ ਮਾਰਚ ਕਰ ਸਕਦੇ ਹਾਂ, ਬਿਮਾਰ ਪਏ ਸਾਰੇ। ਆਖੇ ਤੁਸੀਂ ਇਨਕੋ ਛੋੜ ਦਿਓ, ਆਪ ਚਲੇ ਜਾਏ। ਆਖੇ ਨਹੀਂ, ਇਨਕੋ ਨਹੀਂ ਛੋੜ ਕਰ ਜਾਏਂਗੇ, ਹਮ ਵੀ ਇਨਕੇ ਸਾਥ ਹੀ ਮਰੇ, ਕੈਸੇ ਛੋੜ ਦੇ, ਖੂਨੀ ਰਿਸ਼ਤਾ ਵਾ, ਨਹੀਂ ਛੱਡਿਆ ਜਾਂਦਾ। ਫਿਰ ਉਹ ਜਿਸ ਵੇਲੇ ਕਾਫਲਾ ਸਾਡਾ ਜਿਹੜਾ ਪਹੁੰਚ ਗਿਆ ਸੀ ਅੰਮ੍ਰਿਤਸਰ, ਹਾਂਜੀ, ਉੱਥੇ ਫਿਰ ਸਿੱਖ ਇਕੱਠੇ ਹੋਏ ਸੀ ਇਲਾਕੇ ਦੇ। ਅੱਛਾ, ਉਹ ਉੱਥੇ ਕਤਲੇਆਮ ਸ਼ੁਰੂ ਹੋਈ ਸੀ। ਅੱਛਾ, ਉੱਥੇ ਫਿਰ ਸੂਬੇਦਾਰ ਇਕਬਾਲ ਨੇ ਇੱਧਰ ਵੀ ਮਸ਼ੀਨ ਗਨ ਚਲਾਈ ਅਤੇ ਇੱਧਰ ਵੀ ਚਲਾਈ ਤੁਹਾਡੇ ਕਾਫਲੇ ਦੇ, ਸਾਡੇ ਕਾਫਲੇ ਦੇ ਤਾਂ ਨਸੇ ਸਿੱਖ। ਸਹੀ ਸਹੀ, ਅਤੇ ਮੇਰਾ ਚਾਚਾ ਸਰਾ ਦੂਸਰੇ ਦਾਦੇ ਦੀ ਔਲਾਦ 'ਚੋਂ, ਉਹਦਾ ਹੱਥ ਇੱਥੋਂ, ਯਾਨੀ ਤਲਵਾਰ ਸਿੱਖਾਂ ਦੇ ਕੋਲ ਤਲਵਾਰ ਸੀ, ਮੁਸਲਮਾਨਾਂ ਕੋਲ ਤਾਂ ਹਥਿਆਰ ਹੀ ਕੋਈ ਨਹੀਂ ਸੀ, ਕਿਉਂਕਿ ਤਲਵਾਰ ਤਾਂ ਰੱਖ ਹੀ ਨਹੀਂ ਸਕਦੇ। ਅਤੇ ਉਹਦਾ ਤਲਵਾਰ ਡਿੱਗ ਪਈ ਹੈ, ਉਹਦੇ ਡਾਂਗ ਮਾਰੀ ਹੈ ਚਾਚੇ ਸਾਡੇ ਨੇ, ਅਤੇ ਉਹ ਤਲਵਾਰ ਡਿੱਗ ਪਈ ਹੈ। ਉਹ ਜਿਹੜਾ ਦੂਸਰਾ ਦਸਤੇ ਵਾਲਾ ਸੀ ਉਹ ਤਾਂ ਸਿੱਖ ਵਾਲੇ ਪਾਸੇ ਸੀ, ਫਟਾਫਟ ਤਲਵਾਰ ਚੁੱਕੀ ਅਤੇ ਉਹ ਦੂਸਰੇ ਸਿੱਖ ਨੇ ਆਣ ਕੇ ਖੋਲ੍ਹੇ, ਜ਼ਖਮੀ ਹੋ ਗਏ ਸੀ। ਉਹ ਜ਼ਖਮੀ ਹਾਲਤ 'ਚ ਹੀ ਉਹ ਪਾਕਿਸਤਾਨ ਆਏ ਫਿਰ। ਹਾਂ, ਸਹੀ। ਅੱਛਾ, ਮਨ ਵਾਲੇ ਆਏ ਤੁਸੀਂ, ਮਨ ਵਾਲਾ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਬੱਸਾਂ ਗੱਡੀਆਂ ਮੁਯੱਸਰ ਹੋਈਆਂ, ਤੁਸੀਂ ਜਦੋਂ ਗੱਡੀਆਂ 'ਚ ਬੈਠੇ ਆ, ਕਿੰਨਾ ਕਿਰਾਇਆ ਸੀ ਉਹਨਾਂ ਗੱਡੀਆਂ ਦੇ ਵਿੱਚ? ਗੱਡੀਆਂ ਭਰੀਆਂ ਉੱਤੋਂ ਥੱਲਿਓ ਸਾਰੇ, ਸਿੱਖ ਡਰਾਈਵਰ ਸੀ। ਅੱਛਾ, ਸਹੀ। ਉੱਥੋਂ ਫਿਰ, ਉੱਥੋਂ ਫਿਰ ਆਏ ਆ ਲਾਹੌਰ ਵਾਲਟਨ ਟ੍ਰੇਨਿੰਗ ਸਕੂਲ 'ਚ। ਅੱਛਾ, ਉਹ ਅੱਗੇ ਬੱਸਾਂ 'ਚ ਤੁਸੀਂ ਬੈਠ ਗਏ ਆ, ਤੁਸੀਂ ਛੱਤ 'ਤੇ ਬੈਠੇ ਕਿ ਅੰਦਰ ਬੈਠੇ ਗੱਡੀ 'ਚ? ਅੰਦਰ ਬੈਠੇ, ਅੰਦਰ ਬੈਠੇ। ਤੁਸੀਂ ਉਸ ਵੇਲੇ ਬੱਚੇ ਜਿਹੜੇ ਸਿਆਣੇ ਸੀ ਉਹ ਛੱਤਾਂ 'ਤੇ ਸੀ, ਛੱਤਾਂ 'ਤੇ ਬੈਠੇ ਸੀ। ਅੱਛਾ, ਉਹਦੇ ਬੱਸਾਂ ਜਿਹੜੀਆਂ ਹੁੰਦੀਆਂ ਸੀ ਉਹਨਾਂ ਨੇ ਚਲਾ ਕੇ ਤੁਹਾਨੂੰ, ਜਿਹੜੇ ਬੱਚੇ ਜਾਂ ਬਜ਼ੁਰਗ ਸੀ ਉਹਨਾਂ ਵਾਸਤੇ, ਉਹਨਾਂ ਨੇ ਬਾਕੀ ਕਾਫਲੇ ਤਾਂ ਪੈਦਲ ਹੀ ਆਏ ਤੁਰ ਕੇ, ਪੈਦਲ ਗੱਡੇ ਰੇਹੜੀਆਂ ਵਾਲੇ ਜੇ ਗੱਡੇ ਸਨ ਨਾ ਜ਼ਿਮੀਦਾਰਾਂ ਦੇ, ਉਹਨਾਂ ਦੇ ਸਮਾਨ ਲੱਦਿਆ ਉਹਨਾਂ ਨੇ, ਅਤੇ ਸਹੀਦਾਂ ਕੋਲ ਦੇ ਸਮਾਨ ਵੀ ਕੋਈ ਨਹੀਂ, ਖਾਲੀ ਖਾਲੀ ਹੱਥ। ਅਜੇ ਸ਼ਾਹ ਜੀ, ਜਦੋਂ ਇੰਨਾ ਦਰਦਨਾਕ ਮੰਜ਼ਰ, ਹਾਂਜੀ, ਲਾਸ਼ਾਂ ਵੇਖੀਆਂ ਵਾ, ਲੇਕਿਨ ਕੋਈ ਅਫਸੋਸ ਨਹੀਂ ਹੋਇਆ? ਨਹੀਂ, ਮੈਂ ਪੁੱਛਣ ਲੱਗਾ, ਲਾਸ਼ਾਂ ਵੇਖੀਆਂ, ਫਾਕੇ ਕੱਟੇ ਆ, ਬੜੀ ਤਕਲੀਫ ਦੇਖੀ, ਜਦੋਂ ਤੁਹਾਡੇ ਕੰਨ 'ਚ ਆਵਾਜ਼ ਪਈ ਕਿ ਪਾਕਿਸਤਾਨ ਆ ਗਿਆ, ਕੀ ਤੁਹਾਡੇ ਜਜ਼ਬਾਤ ਸੀ? ਨਹੀਂ, ਮੈਂ ਤੁਹਾਨੂੰ ਦੱਸਣਾ ਨਾ, ਉਦੋਂ ਨਾਰੇ ਲਾਉਂਦੇ ਸੀ ਜਦੋਂ ਹੱਦ 'ਚ ਦਾਖਲ ਹੋਏ ਤੁਸੀਂ, ਅੰਮ੍ਰਿਤਸਰ ਵੀ ਨਾਰੇ ਲਾਏ ਆ। ਅੱਛਾ, ਜਦੋਂ ਤੁਸੀਂ ਜਦੋਂ ਪਾਕਿਸਤਾਨ ਇਨ ਹੋਏ, ਉਦੋਂ ਵੀ ਤੁਹਾਡੇ ਇੱਕ ਜਜ਼ਬਾਤ ਸੀ ਕਿ ਅਸੀਂ ਪਾਕਿਸਤਾਨ ਪਹੁੰਚ ਗਏ? ਹਾਂ, ਵਾਲਟਨ ਸਕੂਲ ਦੇ ਵਿੱਚ ਰਾਤ ਗੁਜ਼ਾਰੀਏ। ਅੱਛਾ, ਕੋਈ ਸ਼ਾਇਦ ਨਹੀਂ ਸੀ ਖਾਣ ਪੀਣ ਨੂੰ ਕੈਂਪ 'ਚ, ਸੁਬਾਹ ਫਿਰ ਗੱਡੀ ਕਰਾਈਏ ਅਤੇ ਲਾਹੌਰ ਸ਼ਹਿਰ ਪਹੁੰਚਣਾ ਸੀ, ਅਤੇ ਉਹ ਮੇਰੀ ਵਾਲਦਾ ਉੱਤੇ ਉਸ ਗੱਡੇ 'ਤੇ ਫੌਤ ਹੋ ਗਈ, ਅਜੇ ਘਰ ਨਹੀਂ ਪਹੁੰਚੇ ਆਪਣੇ ਰਿਸ਼ਤੇਦਾਰਾਂ ਨੇ। ਅੱਛਾ, ਵਾਲਦ ਸਾਹਿਬ ਤੁਹਾਡੇ ਪਹਿਲੇ ਫੌਤ ਹੋ ਚੁੱਕੇ? ਉਹ ਤਾਂ 4 ਸਾਲ ਦੀ ਉਮਰ ਸੀ ਜਦੋਂ ਮੈਂ, ਉਦੋਂ ਪੜ੍ਹਨ ਵੀ ਨਹੀਂ ਸੀ ਲੱਗਾ ਜੀ ਜਦੋਂ ਫੌਤ ਹੋਏ ਨੇ। ਤੁਹਾਡੇ, ਤੁਸੀਂ ਘਰ 'ਚੋਂ ਵੱਡੇ ਸੀ ਸਾਹਿਬ? ਹਾਂ, ਮੈਂ ਨਹੀਂ, ਮੇਰੀ ਹਮਸ਼ੀਰਾ ਵੱਡੀ ਸੀ, ਮੈਂ 5ਵੀਂ 'ਚ ਪੜ੍ਹਦਾ ਸੀ, 12 ਸਾਲ ਦਾ ਸੀ ਉਦੋਂ। ਪਤਾ ਤਾਂ ਹੈ ਸੀ ਨਾ, ਵਾਲਦਾ ਵਾਲਦ ਨਹੀਂ ਹੈਗਾ, ਵਾਲਦਾ ਆਖਰੀ ਸਹਾਰਾ। ਬਿਲਕੁਲ, ਜਦੋਂ ਗੱਡੇ 'ਤੇ ਇੱਕ ਬਹੁਤ ਸਹਾਰਾ ਵਾਲਦਾ, ਉਹ ਵੀ ਹਿਜਰਤ ਦੇ ਸ਼ਹੀਦਾਂ 'ਚ ਉਹਨਾਂ ਦਾ ਲੋਕ ਸ਼ਾਮਿਲ ਹੈ, ਅਤੇ ਜਦੋਂ ਜਿਹੜੇ ਹੈਜ਼ੇ ਨਾਲ ਮਰੇ ਉਹ ਵੀ ਸ਼ਹੀਦਾਂ ਦੇ, ਜਿਹੜੇ ਛੋਟੀ ਜਿਹੀ ਤਕਲੀਫ ਨਾਲ ਵੀ, ਲਾਜ਼ਮੀ ਨਹੀਂ ਤਲਵਾਰ ਨਾਲ ਮਾਰੇ ਗਏ, ਉਹ ਵੀ ਪਾਕਿਸਤਾਨ ਦੇ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ 'ਚ ਉਹਨਾਂ ਦਾ ਲੋਕ ਸ਼ਾਮਿਲ। ਜਦੋਂ ਗੱਡੇ 'ਤੇ ਪਤਾ ਚੱਲਾ ਕਿ ਵਾਲਦਾ ਬਹੁਤ ਹੋ ਗਏ, ਖੋਦ ਤੁਹਾਡੇ ਕੀ ਬੀਤੀ ਤੁਹਾਡੇ 'ਤੇ ਉਸ ਵੇਲੇ, ਤੁਹਾਡੀ ਕੀ ਰੋਣਾ?
ਫਿਰ ਉਹਨਾਂ ਨੂੰ ਉੱਥੇ ਲਾਹੌਰ ਹੀ ਦਫ਼ਨ ਕੀਤਾ ਉੱਥੇ। ਦੇਖੋ ਨਾਜ਼ਰੀਨ, ਅੱਜ ਵੀ 74-72 ਸਾਲ ਬਾਅਦ ਵੀ ਇੱਕ ਦਰਦ ਉਹ ਨਜ਼ਰ ਆ ਰਿਹਾ, ਅੱਖਾਂ 'ਚੋਂ ਵੀ ਆ ਰਿਹਾ, ਜਜ਼ਬਾਤ 'ਚੋਂ ਵੀ ਆ ਰਿਹਾ। ਇਹ ਜਿਹੜੇ ਖਿੱਤੇ 'ਚ ਅਸੀਂ ਰਹਿ ਰਹੇ ਹਾਂ, ਇੱਕ ਬੜੀ ਦਰਦਨਾਕ, ਬਹੁਤ ਹੀ ਤਕਲੀਫ ਦੇ ਮਨਾਜ਼ਰ ਤੋਂ ਬਾਅਦ ਇਹਦੀ ਤਮੀਰ ਹੋਈ ਹੈ, ਅਤੇ ਇਹਦੀ ਕਦਰ ਕਰੋ, ਇਹਦੀ ਸਾਂਭ ਕਰੋ, ਰਲ ਕੇ ਰਹੋ। ਬਿਲਕੁਲ, ਆ ਫਿਰਕਿਆਂ ਫੁਰਕਿਆਂ 'ਚ ਨਾ ਵੜੋ। ਹਾਂ ਬਿਲਕੁਲ, ਅਤੇ ਇਸ ਕਲਮੇ ਦੇ ਨਾਂ 'ਤੇ ਬਣਨ ਵਾਲੀ ਰਿਆਸਤ ਨੂੰ ਕਲਮੇ ਦੇ ਨਾਂ 'ਤੇ ਰੱਖੋ, ਮੈਂ ਤਾਂ ਇਹ ਸੁਨੇਹਾ ਦੇਣਾ। ਬਿਲਕੁਲ। ਅੱਛਾ ਬਜ਼ੁਰਗੋ, ਫਿਰ ਪਾਕਿਸਤਾਨ ਤੁਸੀਂ ਆ ਗਏ, ਵਾਲਦਾ ਤੁਹਾਡੀ ਵਫਾਤ ਪਾ ਗਏ, ਉੱਥੇ ਲਾਹੌਰ ਰਹੇ ਹਾਂ ਰਿਸ਼ਤੇਦਾਰਾਂ ਕੋਲ, ਫਿਰ ਉਹਨਾਂ ਦੇ ਜ਼ਿਆਦਾ ਸਕੇ ਆ ਗਏ। ਫਿਰ ਸਾਨੂੰ ਮਰੀਜ਼ ਸੀ ਚੰਗਣ ਵੱਲੇ, ਪਹਿਲੇ ਦੇ ਸਾਡੇ ਬੱਚਿਆਂ ਦੇ ਮਰੀਜ਼ ਸਨ ਚੰਗਣ ਵਾਲੇ। ਅੱਛਾ, ਲਾਹੌਰ ਉਹ ਉੱਥੇ ਰਹੇ ਹਾਂ, ਉੱਥੋਂ ਵੀ ਤੰਦਰੁਸਤ ਹੋਏ, ਅਤੇ ਫਿਰ ਉਹਨਾਂ ਨੇ ਟਾਂਗੇ ਚਲਾਉਂਦੇ ਸਨ, ਉਹ ਫਿਰ ਸਾਨੂੰ ਕਾਮੋ ਕੀ ਮੰਡੀ ਛੱਡ ਕੇ ਗਏ ਟਾਂਗਿਆਂ 'ਤੇ। ਟਾਂਗਿਆਂ 'ਤੇ ਠੀਕ ਹੋ, ਇੱਕ ਦੋ ਮਹੀਨੇ ਉੱਥੇ ਰਹੇ ਹਾਂ। ਤੁਸੀਂ ਕਿੰਨੇ ਭੈਣ ਭਰਾ ਸੀ ਜਦੋਂ ਵਾਲਦਾ ਦਾ ਫੌਤ ਹੋ ਗਿਆ ਲਾਹੌਰ? ਪੰਜ ਮੇਰੇ ਤਾਏ ਦੇ ਲੜਕੇ ਸਨ। ਅੱਛਾ, ਇੱਕ ਉਹਨਾਂ ਦੀ ਲੜਕੀ ਸੀ। ਅੱਛਾ ਅੱਛਾ ਅੱਛਾ। ਦੋ ਆਪ ਸਨ, ਤਾਈ ਤਾਇਆ, ਸਾਡੀ ਫੁੱਫੀ ਸੀ ਨਾਲ, ਸਾਡਾ ਫੁੱਫੜ ਸੀ ਨਾਲ, ਉਹਦੇ ਔਲਾਦ ਕੋਈ ਨਹੀਂ ਸੀ। ਠੀਕ ਠੀਕ। ਦੋ ਅਸੀਂ ਭਾਈ ਸੀ, ਇੱਕ ਸਾਡੀ ਭੈਣ ਸੀ। ਅੱਛਾ, ਫਿਰ ਕਾਮੋ ਕੀ ਤੁਸੀਂ ਚਲੇ ਗਏ? ਕਾਮੋ ਕੀ ਚਲੇ ਗਏ? ਕਾਮੋ ਕੀ ਇੱਧਰ ਕਿਹੜੇ ਸਾਲ 'ਚ ਆਏ ਤੁਸੀਂ ਕਰਾੜੀ 'ਚ? ਉਹ ਵੀ ਦੱਸ ਮੈਂ, ਫਿਰ ਕਾਮੋ ਕੀ ਰਹੇ ਹਾਂ ਦੋ ਮਹੀਨੇ। ਅੱਛਾ। ਉੱਥੇ ਸਿਰਫ ਚਾਵਲ ਮਿਲਦੇ ਸੀ ਖਾਣ ਨੂੰ। ਅੱਛਾ। ਹੋਰ ਕੋਈ ਸ਼ੈ ਨਹੀਂ ਸੀ, ਉਹ 'ਚੋਂ ਹੀ ਬੋ ਆਉਂਦੀ ਸੀ। ਅਤੇ ਟੱਟੀਆਂ ਪੇਚਸ ਲੱਗੇ ਸਨ, ਜਦੋਂ ਕੁਝ ਆਰਾਮ ਆਇਆ ਅਤੇ ਫਿਰ ਅਸੀਂ ਉੱਥੋਂ ਚੜ੍ਹੇ ਹਾਂ ਅਤੇ ਆਏ ਵਜ਼ੀਰਾਬਾਦ ਗੱਡੀ ਦੇ ਉੱਤੇ, ਟ੍ਰੇਨ 'ਤੇ। ਅਤੇ ਵਜ਼ੀਰਾਬਾਦੋਂ ਫਿਰ, ਕਿਉਂਕਿ ਸਾਡੇ ਵੜਕਿਆਂ ਦੇ ਇੱਧਰ ਮਰੀਜ਼ ਹੈ ਸਨ ਨਾ ਪਹਿਲੇ ਦੇ ਹੀ, ਵਜ਼ੀਰਾਬਾਦੋਂ ਗੱਡੀ ਫਿਰ ਚੱਲੀਏ ਮਾਲ ਗੱਡੀ, ਮਾਲ ਗੱਡੀ 'ਚ ਬਹਿ ਕੇ ਫਿਰ ਅਸੀਂ ਉਹ ਇੱਥੇ ਸਾਂਗਲੇ ਖਲੋ ਗਈਏ। ਅੱਛਾ ਅੱਛਾ। ਉੱਥੇ ਅਸੀਂ ਫਿਰ ਪਲੇਟਫਾਰਮ 'ਤੇ ਪੈ ਸੀਗੇ, ਵੀ ਅੱਗੇ ਨਹੀਂ ਜਾਣੀ ਹੁਣ। ਅਤੇ ਸਾਡਾ ਚਾਚਾ ਜਿਹੜਾ ਚੌਟ ਚੱਕ ਮਨਸੂਰਾਂ 'ਚ ਰਹਿੰਦਾ ਸੀ, ਉਹ ਅਤੇ ਨਾਲ ਉਹਦਾ ਸਾਲਾ ਸੀਗਾ, ਉਹ ਨਾਲ ਉਹਨਾਂ ਦੇ ਬੁਖਾਰੀਵਾਲ ਪਿੰਡ ਹੈ ਸਾਂਗਲੇ ਦੇ। ਅੱਛਾ, ਹਾਂਜੀ ਹਾਂਜੀ, ਹੈ ਬੁਖਾਰੀਵਾਲ। ਬੁਖਾਰੀਵਾਲ ਉਹਨਾਂ ਦੇ ਮਰੀਜ਼ ਸਨ ਪਹਿਲੇ ਦੇ ਜੱਟ। ਅੱਛਾ ਅੱਛਾ। ਹਾਂ, ਫਿਰ ਉਹ ਸਾਨੂੰ ਨਾਲ ਉੱਥੇ ਲੈ ਗਏ। ਅੱਛਾ ਬਜ਼ੁਰਗੋ, ਵੰਡ ਹੋ ਗਈ, ਪਾਕਿਸਤਾਨ ਬਣ ਗਿਆ, 74 ਸਾਲ ਗੁਜ਼ਰ ਗਏ, ਖਾਨਕਾ ਖੁਖਰੈਨ, ਹਾਂਜੀ, ਉਹ ਗਲੀਆਂ ਉਹ ਮੁਹੱਲੇ ਯਾਦ ਆਉਂਦੇ? ਬਿਲਕੁਲ। ਅੱਖਾਂ ਕੇ ਉਹ ਮੰਜ਼ਰ ਜੋ ਬਚਪਨ ਦਾ ਸੀ ਸਭ ਯਾਦ, ਦਿਲ ਕਰਦਾ ਉਹ ਜਗ੍ਹਾ ਵੇਖਣ ਨੂੰ? ਤੇ ਬਿਲਕੁਲ ਕਰਦਾ ਜੀ, ਲੇਕਿਨ ਉਹ ਜਦੋਂ ਮੈਂ ਤਿਆਰੀ ਕੀਤੀ ਉਦੋਂ ਵੀਜ਼ੇ ਬੰਦ ਹੋ ਗਿਆ ਸੀ, ਆਜ਼ਾਦ ਸਨਾਵਾਂ ਇੰਡੀਆ ਦਾ ਨਹੀਂ ਸੀ ਮਿਲਦਾ। ਜੇ ਅਗਰ ਕੋਈ ਤੁਹਾਨੂੰ ਉੱਥੇ ਦੀ ਕੋਈ ਵੀਡੀਓ ਦੇਵੇ ਬਣਾ ਕੇ, ਹਾਂਜੀ, ਕਿ ਆ ਤੁਹਾਡੀ ਗਲੀ ਆ, ਤੁਹਾਡੇ ਵੱਡਿਆਂ ਦੇ ਬਜ਼ੁਰਗਾਂ ਦੀਆਂ ਮਜ਼ਾਰ ਨੇ, ਉਹ ਤਾਂ ਮੈਂ ਪਛਾਣਾਂਗਾ, ਮੈਨੂੰ ਪਤਾ ਹੈ। ਅੱਛਾ, ਤੁਸੀਂ? ਮੈਂ ਨਕਸ਼ਾ ਬਣਾ ਕੇ ਵੀ ਦੱਸ ਸਕਦਾ, ਅਗਰ ਕੋਈ ਵੀਡੀਓ ਉੱਥੋਂ ਸਰਦਾਰ ਬਣਾ ਕੇ ਭੇਜ ਦੇ ਤਾਂ ਬੜਾ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗੇ। ਠੀਕ ਹੈ ਜੀ। ਬਜ਼ੁਰਗੋ, ਤੁਸੀਂ ਅੱਜ ਦੀ ਨਸਲ ਨੂੰ, ਅੱਜ ਦੇ ਪਾਕਿਸਤਾਨ ਦੇ ਵਸਣ ਵਾਲੇ ਲੋਕਾਂ ਨੂੰ, ਤੁਹਾਡੀ ਵਾਲਦਾ ਵੰਡ ਦੇ ਵਿੱਚ ਸ਼ਹੀਦਾਂ 'ਚ ਸ਼ਾਮਲ ਨੇ, ਤੁਸੀਂ ਇੱਕ ਵੰਡ ਤੋਂ ਬਾਅਦ ਇੱਕ ਮੁਕੰਮਲ ਯਤੀਮੀ ਦੀ ਜ਼ਿੰਦਗੀ ਗੁਜ਼ਾਰੀ, ਬੜਾ ਦਰਦ ਵੇਖਿਆ, ਕੀ ਸੁਨੇਹਾ ਦਿੰਦੇ ਅੱਜ ਦੀ ਨਸਲ ਨੂੰ, ਪਾਕਿਸਤਾਨੀ ਲੋਕਾਂ ਨੂੰ ਕੀ ਸੁਨੇਹਾ? ਅੱਜ ਦੀ ਨਸਲ ਨੂੰ, ਕਿਉਂਕਿ ਨਸਲ ਇਤਨੀ ਯਾਨੀ ਤਬਦੀਲ ਹੋ ਚੁੱਕੀ ਹੈ ਨਾ, ਉਹ ਨਾ ਇਹਨਾਂ ਦਾ ਵਿੱਚ ਇਖਲਾਕ ਹੈ, ਨਾ ਇਹਨਾਂ ਦੇ ਵਿੱਚ ਪਿਆਰ ਹੈ, ਵਾਲਦੈਨ ਦੇ ਖਿਲਾਫ ਪਰਵਾਹ ਹੀ ਨਹੀਂ ਕਰਦੇ ਵਾਲਦੈਨ, ਔਰ ਇਹਨਾਂ ਨੂੰ ਨਸੀਹਤ ਕਰੋ ਤਾਂ ਕਹਿੰਦੇ ਭੈਣ ਤੂੰ ਕੋਈ ਬਹੁਤਾ ਪੜ੍ਹਿਆ ਹੈ ਸਾਨੂੰ, ਕੋਈ ਕਿਸੇ ਦੀ ਮੰਨਦਾ ਹੀ ਨਹੀਂ, ਸਾਰੀ ਆਬੋਹਵਾ ਤਬਦੀਲ ਹੋ ਚੁੱਕੀ। ਅਸੀਂ ਇਸ ਮੁਲਕ ਨੂੰ ਬਿਹਤਰ ਕਰਨ ਵਾਸਤੇ ਕੀ ਕਰੀਏ, ਜਿਹੜਾ ਤੁਹਾਡੇ ਦਿਲ ਦੀ ਕੀ ਆਵਾਜ਼? ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਹੈ, ਯਕੀਮ ਮੋਕਮ ਅਮਲ ਪਹਿਮ ਮੁਹੱਬਤ ਫਾਤੇ ਆਲਮ, ਮੁਹੱਬਤ ਔਰ ਪਿਆਰ ਤੋਂ ਬਗੈਰ ਕੋਈ ਚੀਜ਼ ਵੀ ਆਬਾਦ ਨਹੀਂ ਰਹਿ ਸਕਦੀ, ਮੁਹੱਬਤ ਹੀ ਹੋਣੀ ਚਾਹੀਦੀ, ਮੁਹੱਬਤ ਹੋਣੀ ਚਾਹੀਦੀ, ਬਿਲਕੁਲ ਹੀ। ਅਗਰ ਬੜਿਆਂ ਦਾ ਇਹਤਰਾਮ ਕਰੋ, ਛੋਟਿਆਂ ਨਾਲ ਪਿਆਰ ਕਰੋ, ਸੱਚ ਬੋਲੋ, ਦੁਨੀਆ ਸੱਚ ਬੋਲਦੀ ਨਹੀਂ,
ਇੱਥੇ ਤਾਂ ਦੇਖਿਆ ਬਈ ਹਰ ਆਦਮੀ ਬੇਈਮਾਨੀ ਨਾਲ ਪੈਸਾ ਇਕੱਠਾ ਕਰਨਾ ਚਾਹੁੰਦਾ। ਲੇਕਿਨ ਇਮਾਨਦਾਰੀ ਬੜੀ ਚੀਜ਼ ਹੈ, ਇਮਾਨਦਾਰੀ ਬੜੀ ਚੀਜ਼ ਹੈ। ਮੈਂ ਨਹਿਰ ਦੀ ਪਟਵਾਰ ਕੀਤੀ ਹੈ, ਮੀਆਂ ਅਲੀ ਬੱਖਰ ਲਈ ਆ, ਨੌਕਰੀ ਉੱਧਰ 50 ਸਾਲ ਕੀਤੀ ਹੈ। ਕਾਹਦੀ ਮੁਲਾਜ਼ਮ ਸੀ ਤੁਹਾਡੀ? ਮਹਿਕਮਾ ਨਹਿਰ 'ਚ ਪਟਵਾਰੀ ਹੋਇਆ ਸੀ ਮੈਂ। ਠੀਕ ਹੈ, ਪਟਵਾਰੀ ਤੋਂ ਫਿਰ ਮੈਂ ਜ਼ਿਲ੍ਹੇਦਾਰ ਤੱਕ ਪਹੁੰਚਾ। ਸਹੀ ਸਹੀ ਸਹੀ। ਅਤੇ ਅੱਲਾਹ ਤਾਲਾ ਦੀ ਮਿਹਰਬਾਨੀ ਹੈ, ਅਜੇ ਵੀ ਲੋਕ ਪੀਰ ਹੀ ਮੰਨਦੇ ਆ। ਇਮਾਨਦਾਰੀ ਨਾਲ ਆਪਣਾ ਆਪਣੇ ਹੱਥ ਨਾਲ ਰੋਟੀ ਪਕਾਈ, ਆਪਣੇ ਹੱਥ ਨਾਲ ਕੱਪੜੇ ਧੋਤੇ, ਕੋਈ ਸ਼ਰਮ ਮਹਿਸੂਸ ਨਹੀਂ ਕੀਤੀ ਵੀ ਕਮਾਉਣੇ ਆਪਣੇ ਲਈ ਹੈ ਅਤੇ ਕੱਪੜੇ ਵੀ ਅਸੀਂ ਆਪਣੇ ਹੀ ਧੋਣੇ, ਕਿਸੇ ਦੇ ਨਹੀਂ ਧੋਂਦੇ। ਸਹੀ ਸਹੀ। ਲਓ ਦੋਸਤੋ, ਅਸੀਂ ਬਜ਼ੁਰਗ ਸੈਯਦ ਮੁਹੰਮਦ ਯੂਨਸ ਇਹਨਾਂ ਦੇ ਕੋਲੋਂ ਸੁਣੀ ਵੰਡ ਦੀ ਪਾਕਿਸਤਾਨ ਬਣਨ ਦੀ ਕਹਾਣੀ। ਬਹੁਤ ਹੀ ਦਰਦਨਾਕ ਕਹਾਣੀ ਇਹਨਾਂ ਨੇ ਸੁਣਾਈ ਸਾਨੂੰ, ਪਾਕਿਸਤਾਨ ਕਿਵੇਂ ਬਣਿਆ ਔਰ ਇਹਨਾਂ ਦੀਆਂ ਕੁਰਬਾਨੀਆਂ ਕੀ ਸੀ। ਇਹ ਸਾਰੀ ਗੱਲਬਾਤ ਅਸੀਂ ਤੁਹਾਡੇ ਰੂਬਰੂ ਲੈ ਕੇ ਆਏ ਹਾਂ, ਮੁਖਤਲਿਫ ਪਿੰਡਾਂ 'ਚ ਵੱਖਰੇ ਵੱਖਰੇ ਥਾਵਾਂ 'ਤੇ ਜਾ ਕੇ ਵੰਡ ਦੀਆਂ ਕਹਾਣੀਆਂ ਤੁਹਾਡੇ ਤੱਕ ਲਿਆਈ ਦੀਆਂ, ਤਾਂ ਕਿ ਤੁਹਾਨੂੰ ਅੰਦਾਜ਼ਾ ਹੋਵੇ ਕਿ ਪਾਕਿਸਤਾਨ ਇੰਝ ਬਣਿਆ ਸੀ, ਭਰੇ ਘਰ ਛੱਡਣੇ ਕਿਵੇਂ ਹੁੰਦੇ ਆ। ਇਹ ਸਾਰੀ ਗੱਲਬਾਤ ਤੁਹਾਡੇ ਰੂਬਰੂ ਪੇਸ਼ ਕੀਤੀ। ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਮੇਰੇ ਨਾਜ਼ਰੀਨ ਨੂੰ ਪਸੰਦ ਆਈ ਹੋਵੇਗੀ। ਫਿਰ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਕਹਾਣੀ ਦੇ ਨਾਲ। ਦੁਆਵਾਂ 'ਚ ਯਾਦ ਰੱਖਿਓ, ਜਿਉਂਦੇ ਵਾਸਤੇ ਰਹੋ ਜੀ, ਰੱਬ ਰੱਖਾ।